ਸਾਹਿਬ ਸਤਿਗੁਰੂ ਜੀ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਬੜੀ ਇਕਾਗਰਤਾ ਸਨਮਾਨ ਸਹਿਤ ਆਪ ਜੀ ਨੇ ਜਿੱਥੇ ਬੜੇ ਹੀ ਪ੍ਰੇਮ ਸਹਿਤ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸ਼ਰਵਣ ਕੀਤੇ ਨੇ। ਆਓ ਨਿਯਤ ਸਮੇਂ ਦੀ ਹੱਦਬੰਦੀ ਵਿੱਚ ਰਹਿੰਦਿਆਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਇਕਾਗਰ ਕਰੀਏ। ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਜੀਵਨ ਦਾ ਅਹਿਮ ਭਾਗ ਹੈ। ਮਨੁੱਖ ਜਿਸ ਤਰ੍ਹਾਂ ਜੋ ਵੀ ਖਿਆਲ ਆਪਣੀ ਸੁਰਤ ਵਿੱਚ ਟਿਕਾ ਕੇ ਚੱਲਦਾ ਹੈ, ਜਾਨੀ ਕਿ ਜਿਹੋ ਜੀ ਸੁਰਤ ਦੀ ਬਣਤਰ ਹੈ, ਜੀਵਨ ਦਾ ਸਾਰੇ ਦਾ ਸਾਰਾ ਢਾਂਚਾ ਵੀ ਉਸੇ ਤਰ੍ਹਾਂ ਦਾ ਹੀ ਕ੍ਰੀਏਟ ਹੋ ਜਾਂਦਾ ਹੈ। ਇਹਨੂੰ ਜੇ ਹੋਰ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਵੇਂ ਹੈ, ਇੱਕ ਦੁਨੀਆ ਬਾਹਰ ਹੈ ਜਿਸ ਨੂੰ ਅਸੀਂ ਵੇਖਦੇ ਹਾਂ, ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਸ ਨੂੰ ਅਸੀਂ ਮਾਣਦੇ ਹਾਂ। ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਉੱਥੇ ਵਾਪਰਦੀਆਂ ਨੇ,
ਕੁਝ ਐਸੀਆਂ ਗੱਲਾਂ ਵਾਪਰਦੀਆਂ ਨੇ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ ਨੇ, ਕੁਝ ਮਾੜੀਆਂ ਲੱਗਦੀਆਂ ਨੇ। ਕੁਝ ਘਟਨਾਵਾਂ ਵਿੱਚੋਂ ਚੰਗੇ ਤਜ਼ਰਬੇ ਹਾਸਲ ਹੁੰਦੇ ਨੇ, ਕੁਝ ਵਿੱਚੋਂ ਮਾੜੇ। ਕਿਤੇ ਚੰਗਾ ਅਹਿਸਾਸ ਹੁੰਦਾ ਹੈ, ਕਿਤੇ ਮਾੜਾ ਅਹਿਸਾਸ ਹੁੰਦਾ ਹੈ। ਚੰਗਾ ਜਾਂ ਮਾੜਾ ਹਰ ਤਰ੍ਹਾਂ ਦਾ ਮਾਹੌਲ ਸਾਨੂੰ ਮਿਲਦਾ। ਕਿਤੇ ਬੇਸ਼ੁਮਾਰ ਹੈਰਾਨੀ ਵੀ ਹੁੰਦੀ ਹੈ ਕਈ ਕੁਝ ਵੇਖ ਸੁਣ ਕੇ ਮਾਣ ਕੇ। ਕਿਤੇ ਮਨੁੱਖ ਦੇ ਮਨ ਅੰਦਰ ਪ੍ਰੇਮ ਉਪਜਦਾ, ਕਿਤੇ ਨਫ਼ਰਤ ਉਪਜਦੀ ਹੈ। ਇਹ ਬਾਹਰ ਦੇ ਹਾਲਾਤ ਜਿਹੜੇ ਨੇ ਮਨੁੱਖ ਨੂੰ ਐਵੇਂ ਪ੍ਰਭਾਵਿਤ ਕਰਦੇ ਨੇ, ਐਵੇਂ ਮਨੁੱਖ ਦੇ ਜੀਵਨ ਦੇ ਉੱਤੇ ਅਸਰ ਪਾਉਂਦੇ ਨੇ। ਪਰ ਇੱਕ ਦੁਨੀਆ ਮਨੁੱਖ ਦੇ ਆਪਣੇ ਅੰਦਰ ਵੀ ਹੈ। ਇਸ ਦਾ ਇੱਕ ਪ੍ਰਤੱਖ ਪ੍ਰਮਾਣ ਇਹ ਹੈ ਵੀ ਜੇ ਅੰਦਰ ਦੀ ਦੁਨੀਆ ਵਿੱਚ ਉਦਾਸੀ ਹੋਵੇ, ਬਾਹਰ ਕਿੰਨੇ ਹੀ ਲੋਕ ਹੱਸ ਰਹੇ ਨੇ, ਖੇਡ ਰਹੇ ਨੇ, ਜੇ ਮਨ ਦੀ ਸਥਿਤੀ ਸਹੀ ਨਹੀਂ ਤਾਂ ਮਨੁੱਖ ਗੁੰਮ ਸੁੰਮ ਹੋ ਕੇ ਬੈਠਾ ਰਹਿੰਦਾ ਅਤੇ ਸਾਰੇ ਪੁੱਛਦੇ ਨੇ ਤੈਨੂੰ ਕੀ ਹੋਇਆ, ਤੂੰ ਬੋਲਦਾ ਨਹੀਂ, ਗੱਲ ਨਹੀਂ ਕਰਦਾ, ਖੁਸ਼ ਨਹੀਂ ਹੋ ਰਿਹਾ, ਤੇਰਾ ਚਿਹਰਾ ਉਦਾਸ ਹੈ। ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਮੇਰਾ ਇਸ ਵੇਲੇ ਮਨ ਠੀਕ ਨਹੀਂ, ਮੇਰਾ ਮੂਡ ਠੀਕ ਨਹੀਂ, ਮੇਰੇ ਸੁਭਾਅ ਦਾ ਇਸ ਵੇਲੇ ਉਦਾਸੀ ਜਿਹੜੀ ਹੈ ਮੇਰੇ ਸੁਭਾਅ ਦੀ, ਉਹ ਮੈਨੂੰ ਚੁੱਪ ਰਹਿਣ ਲਈ ਮਜਬੂਰ ਕਰਦੀ ਹੈ। ਕਈ ਵਾਰ ਤੁਸੀਂ ਐਸਾ ਵੀ ਵੇਖਿਆ ਹੋਏਗਾ ਕਿੰਨੇ ਲੋਕ ਚੁੱਪ ਕਰਕੇ ਉਦਾਸ ਹੋ ਕੇ ਬੈਠੇ ਹੋਣ। ਇੱਕ ਮਨੁੱਖ ਐਸਾ ਹੁੰਦਾ ਜਿਹੜਾ ਸਾਰਿਆਂ ਨੂੰ ਗੱਲੀ ਲਾ ਕੇ ਹਾਸੇ ਵਰਗਾ ਮਾਹੌਲ, ਖੁਸ਼ਨੁਮਾ ਮਾਹੌਲ ਸਿਰਜ ਲੈਂਦਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਮਨੁੱਖ ਦੇ ਅੰਦਰ ਵੀ ਇੱਕ ਦੁਨੀਆ ਵਸੀ ਹੋਈ ਹੈ। ਜੇ ਅੰਦਰ ਦੀ ਦੁਨੀਆ ਵਿੱਚ ਉਦਾਸੀ ਹੈ ਤਾਂ ਕਈ ਵਾਰ ਬਾਹਰ ਦੀ ਖੁਸ਼ੀ ਵੀ ਚੰਗੀ ਨਹੀਂ ਲੱਗਦੀ। ਜੇ ਅੰਦਰ ਦੀ ਦੁਨੀਆ ਵਿੱਚ ਖੁਸ਼ੀ ਹੈ, ਆਨੰਦ ਹੈ, ਤਾਂ ਬਾਹਰ ਦਾ ਉਦਾਸ ਮਾਹੌਲ ਵੀ ਮਨੁੱਖ ਨੂੰ ਉਸ ਵੇਲੇ ਉਦਾਸ ਨਹੀਂ ਕਰ ਪਾਉਂਦਾ। ਉਹ ਉਸ ਮਾਹੌਲ ਵਿੱਚ ਵੀ ਸਾਰੇ ਦੇ ਸਾਰੇ ਮਾਹੌਲ ਨੂੰ ਚੇਂਜ ਕਰ ਦੇਣ ਦੀ ਤਾਕਤ ਰੱਖਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ, ਬਸੰਤ ਰਾਗ ਵੀ ਹੈ ਬਾਣੀ ਦੇ ਵਿੱਚ ਅਤੇ ਬਸੰਤ ਰੁੱਤ ਦਾ ਵੀ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ। ਸਤਿਗੁਰੂ ਜਿਸ ਵੇਲੇ ਬਸੰਤ ਰੁੱਤ ਦਾ ਜ਼ਿਕਰ ਕਰਦੇ ਨੇ ਅਤੇ ਫਰਮਾਉਂਦੇ ਨੇ, ਨਾਨਕ ਤਿੰਨਾਂ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਿਨਿਸ ਫਿਰੈ ਜਲੰਤ। ਸਤਿਗੁਰੂ ਕਹਿੰਦੇ ਨੇ ਵੀ ਬਸੰਤ ਦੀ ਰੁੱਤ ਖੇੜੇ ਦੀ ਰੁੱਤ ਹੁੰਦੀ ਹੈ, ਕਰੂੰਬੜਾਂ ਨਿਕਲਦੀਆਂ ਨੇ, ਪਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ, ਖੇੜਾ ਹੁੰਦਾ ਹੈ ਬਨਸਪਤੀ ਦੇ ਉੱਤੇ, ਸਾਰੀ ਬਨਸਪਤੀ ਮੌਲ ਉੱਠਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਆਪਾਂ ਪੜ੍ਹੀਏ, ਗੁਰੂ ਮਹਾਰਾਜ ਨੇ ਕੁਦਰਤ ਨੂੰ ਬਹੁਤ ਨੇੜੇ ਤੋਂ ਵੇਖ ਕੇ ਕੁਦਰਤ ਵਿੱਚੋਂ ਕਾਦਰ ਦਾ ਅਹਿਸਾਸ ਕੀਤਾ। ਆਪ ਜਿਨ੍ਹਾਂ ਥਾਵਾਂ 'ਤੇ ਮਨੁੱਖ ਘੁੰਮਣ ਜਾਂਦਾ ਉਹਨਾਂ ਥਾਵਾਂ ਨੂੰ, ਕੁਦਰਤੀ ਚੀਜ਼ਾਂ ਨੂੰ ਕਿਵੇਂ ਸਿਆਣੇ ਲੋਕਾਂ ਨੇ ਸਾਂਭ ਸਾਂਭ ਕੇ ਲੋਕਾਂ ਦੇ ਘੁੰਮਣ ਫਿਰਨ ਟਹਿਲ ਚਹਿਲ ਕਰਨ ਵਾਸਤੇ ਕਿਵੇਂ ਉਹਨਾਂ ਥਾਵਾਂ ਨੂੰ ਪ੍ਰੋਪਰ ਸਾਂਭ ਕੇ ਰੱਖਿਆ, ਜਿਹੜੀ ਕੁਦਰਤੀ ਖੂਬਸੂਰਤੀ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਬਹੁਤ ਸਦੀਆਂ ਪਹਿਲਾਂ ਇਹ ਉਪਦੇਸ਼ ਦਿੱਤਾ ਸੀ, ਔਰ ਉਪਦੇਸ਼ ਹੀ ਨਹੀਂ ਬਲਕਿ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਨੇ ਉਹ ਮਹਾਨ ਕਾਰਜ ਵੀ ਕੀਤੇ ਸਨ ਕਿ ਕੁਦਰਤ ਨੂੰ ਸਾਂਭਿਆ ਜਾਏ। ਉਹਨਾਂ ਦੀ ਬਾਣੀ ਵਿੱਚ ਵੀ ਕੁਦਰਤ ਦੇ ਨਾਲ ਇੰਨੀ ਇੱਕ ਸੁਰਤਾ ਦਾ ਬਿਆਨ ਹੈ, ਜਦੋਂ ਹਜ਼ੂਰ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੈਂ ਸਦਕੇ ਹੇ ਮੇਰੇ ਮਾਲਕ ਤੂੰ ਕੁਦਰਤ ਵਿੱਚ ਵਸ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਆਉਂਦੀ ਹੈ, ਤੁਖਾਰੀ ਰਾਗ ਦੇ ਛੰਤ 1107 ਨੰਬਰ ਅੰਕ ਤੋਂ ਆਰੰਭ ਹੁੰਦੇ ਨੇ। ਇਹ 12 ਮਾਹ ਵੀ ਹੈ, ਕੁੱਲ 17 ਪਦੇ ਨੇ। ਹਰ ਇੱਕ ਮਹੀਨੇ ਦਾ ਤੁਸੀਂ ਜ਼ਿਕਰ ਪੜ੍ਹਦੇ ਜਾਓ,
ਹਰ ਮਹੀਨੇ ਵਿੱਚ ਰੁੱਤ ਬਦਲ ਜਾਂਦੀ ਹੈ ਦੇਸੀ ਮਹੀਨਿਆਂ ਦੇ ਮੁਤਾਬਕ। ਜਿਉਂ ਜਿਉਂ ਰੁੱਤ ਬਦਲ ਰਹੀ ਹੁੰਦੀ ਹੈ ਬਨਸਪਤੀ ਦੇ ਵੱਖਰੇ ਵੱਖਰੇ ਰੰਗ ਢੰਗ ਸੁਭਾਅ ਬਣਦੇ ਜਾ ਰਹੇ ਹੁੰਦੇ ਨੇ, ਮੌਸਮ ਵਿੱਚ ਤਬਦੀਲੀ ਹੁੰਦੀ ਜਾ ਰਹੀ ਹੈ ਹੌਲੀ ਹੌਲੀ। ਭਾਰਤੀ ਪੰਜਾਬ ਦੇ ਖਿੱਤੇ ਵਿੱਚ ਸਾਲ ਵਿੱਚ ਕੁੱਲ 6 ਰੁੱਤਾਂ ਆਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਨੇ ਰੁੱਤੀ ਸਲੋਕ ਵੀ ਲਿਖੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ 12 ਮਾਹ ਦੇ ਅੰਦਰ ਹਰ ਮਹੀਨੇ ਦੇ ਵਿੱਚ ਬਦਲਦੀ ਹੋਈ ਰੁੱਤ ਦਾ ਜ਼ਿਕਰ ਵੀ ਕੀਤਾ। ਇੱਕ ਦੋ ਪ੍ਰਮਾਣ ਦੇ ਕੇ ਮੈਂ ਫਿਰ ਆਪਣੇ ਵਿਸ਼ੇ ਦੀ ਤੰਦ ਨੂੰ ਛੂਹ ਲੈਣਾ। ਸਤਿਗੁਰੂ ਜੀ ਚੇਤ ਦੇ ਮਹੀਨੇ ਦਾ ਜ਼ਿਕਰ ਕਰਦੇ ਨੇ, ਚੇਤ ਬਸੰਤ ਭਲਾ ਭਵਰ ਸੁਹਾਵੜੇ ਬੰਨ ਫੁੱਲੇ ਮੰਝ ਬਾਰ ਮੈਂ ਪੇਰ ਘਰ ਬਾਹੁੜੇ। ਫਿਰ ਜਦੋਂ ਵੈਸਾਖ ਦਾ ਮਹੀਨਾ ਆਉਂਦਾ ਤਾਂ ਕਹਿੰਦੇ ਨੇ ਵੈਸਾਖ ਭਲਾ ਸ਼ਾਖਾ ਵੇਸ ਕਰੇ। ਜੇਠ ਦਾ ਮਹੀਨਾ ਆਉਂਦਾ, ਜੇਠ ਭਲਾ ਸੂਰਜ ਗਗਨ ਤਪੈ ਧਰਤੀ ਦੂਖ ਸਹਿ ਸੁਖੈ ਅਗਨ ਪਖੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਹਰ ਮਹੀਨੇ ਦਾ ਜ਼ਿਕਰ ਕੀਤਾ। ਸਾਉਣ ਭਾਦੋਂ ਦੇ ਮਹੀਨੇ ਵਿੱਚ ਵਰਖਾ ਰੁੱਤ ਹੁੰਦੀ ਹੈ, ਉਹਦਾ ਜ਼ਿਕਰ ਕੀਤਾ। ਘਾਣ ਵਰਸੈ ਰੁੱਤੇ ਆਏ ਸਾਹਿਬ, ਸਤਿਗੁਰੂ ਨੇ ਕੁਦਰਤ ਦੇ ਨਿੱਕੇ ਨਿੱਕੇ ਹਿੱਸੇ ਨੂੰ ਜਿਵੇਂ ਮਹਿਸੂਸ ਕੀਤਾ, ਜਿਵੇਂ ਦੀਆਂ ਤਬਦੀਲੀਆਂ ਬਨਸਪਤੀ 'ਤੇ ਹੋ ਰਹੀਆਂ ਨੇ, ਜੀਵਾਂ 'ਚ ਹੋ ਰਹੀਆਂ ਨੇ, ਧਰਤੀ ਦੇ ਉੱਤੇ ਵਾਪਰ ਰਹੀਆਂ ਨੇ, ਮੌਸਮ ਚੇਂਜ ਹੋ ਰਿਹਾ, ਉਹਦਾ ਜ਼ਿਕਰ ਕਰ ਕਰਕੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਅੰਦਰ ਦੇ ਅਹਿਸਾਸ ਨੂੰ ਕਾਦਰ ਅਕਾਲ ਪੁਰਖ ਦੇ ਨਾਲ ਜੋੜਿਆ। ਸਤਵੇਂ ਗੁਰੂ ਦੇਵ ਬਾਬਤ ਆਪਾਂ ਪੜ੍ਹਦੇ ਹਾਂ ਵੀ ਮਹਾਰਾਜ ਨੇ ਕੀਰਤਪੁਰ ਦੀ ਧਰਤੀ ਦੇ ਉੱਤੇ ਸਭ ਤੋਂ ਵੱਡੇ ਬਾਗ ਅਤੇ ਬਗੀਚੇ ਉਹਨਾਂ ਸਮਿਆਂ ਵਿੱਚ ਲਵਾਏ ਸਨ। ਖੈਰ, ਮੈਂ ਜ਼ਿਕਰ ਕਰ ਰਿਹਾ ਸਾਂ ਵੀ ਗੁਰੂ ਸਾਹਿਬ ਨੇ ਕੁਦਰਤ ਦੇ ਪਸਾਰੇ ਦਾ, ਬਾਹਰ ਦੇ ਵਾਤਾਵਰਣ ਅਤੇ ਮੌਸਮ ਦਾ ਜ਼ਿਕਰ ਵੀ ਬਾਣੀ 'ਚ ਕੀਤਾ। ਅਤੇ ਸਤਿਗੁਰੂ ਜਦੋਂ ਬਸੰਤ ਦਾ ਜ਼ਿਕਰ ਕਰਦੇ ਨੇ, ਬਸੰਤ ਦੀ ਰੁੱਤ ਬੜੀ ਖੇੜੇ ਦੀ ਰੁੱਤ ਹੁੰਦੀ ਹੈ। ਸਤਿਗੁਰੂ ਕਹਿੰਦੇ ਬਾਹਰ ਕਈ ਵਾਰ ਬਸੰਤ ਹੁੰਦੀ ਹੈ ਅਤੇ ਅੰਦਰ ਪਤਝੜ ਹੋ ਰਹੀ ਹੁੰਦੀ ਹੈ, ਯਾਨੀ ਕਿ ਅੰਦਰ ਉਦਾਸ ਹੁੰਦਾ। ਬਾਹਰ ਦਾ ਖੇੜਾ ਵੀ ਮਨੁੱਖ ਨੂੰ ਅੰਦਰ ਦਾ ਖੇੜਾ ਨਹੀਂ ਬਖਸ਼ ਸਕਦਾ, ਅੰਦਰ ਦੀ ਖੁਸ਼ੀ ਨਹੀਂ ਦਿੰਦਾ, ਕਾਰਨ ਅੰਦਰ ਦੀ ਦੁਨੀਆ ਵਿੱਚ ਪਤਝੜ ਹੈ। ਸਤਿਗੁਰੂ ਕਹਿੰਦੇ ਨੇ ਜਗ੍ਹਾ ਬਦਲ ਲੈਣ ਦੇ ਨਾਲ ਮਨੁੱਖ ਖੁਸ਼ ਨਹੀਂ ਹੋਏਗਾ, ਥਾਂ ਬਦਲ ਲੈਣ ਦੇ ਨਾਲ ਮਨੁੱਖ ਦੇ ਜੀਵਨ ਦਾ ਵਿਹਾਰ ਨਹੀਂ ਬਦਲੇਗਾ। ਕੀ ਬਦਲਣਾ ਪਏਗਾ? ਆਪਣੇ ਅੰਦਰ ਦੇ ਸੰਸਾਰ ਨੂੰ ਬਦਲਣਾ ਪਏਗਾ, ਅੰਦਰ ਦੀ ਦੁਨੀਆ ਨੂੰ ਬਦਲਣਾ ਪਏਗਾ। ਅੰਦਰ ਦੀ ਦੁਨੀਆ ਕਿਵੇਂ ਬਦਲ ਸਕਦੀ ਹੈ? ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੀ ਸੁਰਤ ਤੇ ਹੈ ਰਾਹ ਜਾਏ, ਵੀ ਜਿਹੋ ਜਿਹੀ ਤੇਰੀ ਬਿਰਤੀ ਹੈ ਉਹੋ ਜਿਹਾ ਤੇਰਾ ਅੰਦਰ ਦਾ ਸੰਸਾਰ ਹੈ, ਅੰਦਰ ਦੀ ਦੁਨੀਆ, ਤੇਰਾ ਅੰਤਰ ਆਤਮਾ ਹੈ। ਵੈਸੇ ਅਸਲ ਕਿਰਦਾਰ ਮਨੁੱਖ ਦੇ ਅੰਦਰ ਹੀ ਹੁੰਦਾ। ਹੁਣ ਮੰਨ ਲਓ ਕਿਸੇ ਮਨੁੱਖ ਦੇ ਦੁੱਖ ਵਿੱਚ ਆਪਾਂ ਸ਼ਰੀਕ ਹੋਣ ਜਾਂਦੇ ਹਾਂ, ਅਫਸੋਸ ਕਰਨ ਜਾਂਦੇ, ਕਈ ਵਾਰ ਉਸ ਮਨੁੱਖ ਨਾਲ ਸਾਨੂੰ ਜੈਲਸ ਹੁੰਦੀ ਹੈ, ਬਣਦੀ ਨਹੀਂ, ਪਰਸਨੈਲਿਟੀ ਕਲੈਸ਼ ਹੈ। ਜਦੋਂ ਅਸੀਂ ਸੁਣਦੇ ਹਾਂ ਨਾ ਵੀ ਉਹ ਮਨੁੱਖ ਦੁੱਖ ਵਿੱਚ ਹੈ, ਤਾਂ ਸਾਡੇ ਅੰਦਰ ਦੀ ਜੈਲਸ ਸਾਨੂੰ ਖੁਸ਼ੀ ਦਿੰਦੀ ਹੈ ਵੀ ਚੰਗਾ ਹੋਇਆ, ਰੋਜ਼ ਸਾਨੂੰ ਦੁਖੀ ਕਰਦਾ ਸੀ। ਦੂਸਰੇ ਦਾ ਦੁੱਖ ਸੁਣ ਕੇ ਕਈ ਵਾਰ ਮਨੁੱਖ ਨੂੰ ਖੁਸ਼ੀ ਹੋ ਜਾਂਦੀ ਹੈ, ਅਤੇ ਕਈ ਵਾਰ ਇਸ ਤਰ੍ਹਾਂ ਵੀ ਵਾਪਰਦਾ ਵੀ ਦੂਸਰੇ ਦੀ ਖੁਸ਼ੀ ਦੀ ਖਬਰ ਸੁਣ ਕੇ ਸਾਡੇ ਅੰਦਰ ਬੇਚੈਨੀ ਵੀ ਹੋਣ ਲੱਗ ਜਾਂਦੀ ਹੈ। ਭਾਵੇਂ ਅਸੀਂ ਜ਼ਬਾਨ ਤੋਂ ਇਜ਼ਹਾਰ ਨਹੀਂ ਕਰਦੇ, ਭਾਵੇਂ ਅਸੀਂ ਆਪਣੇ ਚਿਹਰੇ ਤੋਂ ਢੱਕ ਢੱਕ ਕੇ ਰੱਖਦੇ ਹਾਂ, ਭਾਵੇਂ ਅਸੀਂ ਜ਼ਬਰਦਸਤੀ ਬੋਲ ਕੇ ਆਪਣੇ ਅੰਦਰ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਸੱਚਾਈ ਐਸੀ ਹੁੰਦੀ ਹੈ ਵੀ ਉਸ ਹਾਲਤ ਤੋਂ ਅਸੀਂ ਸੰਤੁਸ਼ਟ ਨਹੀਂ ਹੁੰਦੇ। ਦੂਸਰੇ ਦਾ ਦੁੱਖ ਹੈ, ਅਸੀਂ ਅੰਦਰੋਂ ਖੁਸ਼ ਹਾਂ, ਦੂਸਰਾ ਖੁਸ਼ ਹੈ, ਅਸੀਂ ਅੰਦਰੋਂ ਦੁਖੀ ਹਾਂ। ਇਹ ਵੀ ਮਨੁੱਖ ਦੇ ਮਨ ਦੇ ਅੰਦਰ, ਮਨ ਦੀਆਂ ਤਹਿਆਂ ਵਿੱਚ ਸਾਰਾ ਕੁਝ ਭਰਿਆ ਪਿਆ।
ਹੁਣ ਜ਼ਰਾ ਗੌਰ ਕਰਕੇ ਵੇਖੋ, ਮਨੁੱਖ ਨੂੰ ਖੁਸ਼ੀ ਮਿਲੀ ਅਤੇ ਅਸੀਂ ਉਹਦੀ ਖੁਸ਼ੀ ਵਿੱਚ ਉਹਨੂੰ ਵਧਾਈ ਦੇਣ ਚਲੇ ਗਏ। ਹੁਣ ਅੰਦਰ ਤਾਂ ਦੁਖੀ ਹੈ ਵੀ ਰੱਬ ਨੇ ਇਹਦੀ ਸੁਣ ਲਈ ਜਾਂ ਇਹਨੂੰ ਇਹ ਦਾਤ ਮਿਲ ਗਈ, ਜੈਲਸ ਹੈ, ਪਰਸਨੈਲਿਟੀ ਕਲੈਸ਼, ਕੁਝ ਵੀ ਕਹਿ ਲਓ, ਪਰ ਉੱਥੇ ਮਜਬੂਰੀ ਬਣ ਗਈ, ਹੱਸਣਾ ਪਏਗਾ ਤੁਹਾਨੂੰ। ਉੱਥੇ ਮਜਬੂਰੀ ਬਣ ਗਈ, ਝੂਠਾ ਹਾਸਾ ਹੱਸ ਕੇ ਚੰਗੇ ਚੰਗੇ ਸ਼ਬਦ ਬੋਲਣੇ ਪੈਣਗੇ ਤੁਹਾਨੂੰ। ਦਰਅਸਲ ਉਹ ਕਰੈਕਟਰ ਨਹੀਂ ਜਿਹੜਾ ਅਸੀਂ ਵਿਖਾ ਰਹੇ, ਕਰੈਕਟਰ ਤਾਂ ਸਾਡਾ ਅੰਦਰ ਹੈ ਜੋ ਅਸੀਂ ਮਹਿਸੂਸ ਕਰ ਰਹੇ, ਜੋ ਅਸੀਂ ਅੰਦਰੋਂ ਜੀ ਰਹੇ ਹਾਂ, ਜੋ ਅਸੀਂ ਅੰਦਰੋਂ ਹੰਢਾ ਰਹੇ ਹਾਂ। ਇੱਕ ਮਨੁੱਖ ਦਾ ਦੁੱਖ ਜਿਹੜਾ ਹੈ ਉੱਥੇ ਅਸੀਂ ਜਾ ਰਹੇ ਹਾਂ, ਦਿਲ ਜਿਹੜਾ ਹੈ ਉਹ ਖੇੜੇ 'ਚ, ਆਨੰਦ 'ਚ, ਵੀ ਚੰਗਾ ਹੋਇਆ, ਸਾਨੂੰ ਕੀ ਫਰਕ ਪੈਂਦਾ, ਪਰ ਉੱਥੇ ਮਜਬੂਰੀ ਹੈ, ਸਾਨੂੰ ਆਪਣਾ ਚਿਹਰਾ ਉਦਾਸ ਕਰਨਾ ਪਏਗਾ, ਢਿੱਲੀ ਜਿਹੀ ਗੱਲ ਕਰਨੀ ਪਏਗੀ, ਅਫਸੋਸ ਦੇ ਸ਼ਬਦ ਕਹਿਣੇ ਪੈਣਗੇ ਔਰ ਆਖਣਾ ਪਏਗਾ ਮੈਂ ਜਦੋਂ ਦਾ ਸੁਣਿਆ ਮੈਂ ਬਹੁਤ ਦੁਖੀ ਹਾਂ, ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਅਤੇ ਬਹੁਤੀ ਵਾਰ ਬੰਦਾ ਆਪਣੇ ਮਨ ਨੂੰ ਪੁੱਛੇ ਵੀ ਇਹ ਐਸੀ ਗੱਲ ਤਾਂ ਕੋਈ ਨਹੀਂ, ਇਸ ਕਰਕੇ ਵੀ ਦੂਸਰਾ ਬੰਦਾ ਮੈਨੂੰ ਬੁਰਾ ਨਾ ਸਮਝ ਲੈ। ਇਸ ਕਰਕੇ ਕਈ ਵਾਰ ਅਸੀਂ ਆਪਣੇ ਅੰਦਰ ਨੂੰ ਢੱਕ ਕੇ ਚੱਲਦੇ ਹਾਂ, ਨਕਾਬ ਪਹਿਨ ਕੇ ਚੱਲਦੇ ਹਾਂ। ਤੋ ਕਹਿਣ ਤੋਂ ਭਾਵ ਵੀ ਕਿਰਦਾਰ ਬਹੁਤੀ ਵਾਰ ਉਹ ਨਹੀਂ ਹੁੰਦਾ ਜੋ ਬਾਹਰੋਂ ਵਿਖਾਈ ਦਿੰਦਾ, ਕਿਰਦਾਰ ਉਹ ਹੁੰਦਾ ਜਿਹਨੂੰ ਅਸੀਂ ਹਰ ਪਲ ਜੀਂਦੇ ਹਾਂ, ਹਰ ਪਲ ਹੰਢਾਉਂਦੇ ਹਾਂ, ਹਰ ਪਲ ਮਾਣਦੇ ਹਾਂ, ਹਰ ਪਲ ਜਿਉਂਦੇ ਹਾਂ। ਇਸੇ ਲਈ ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ, ਹੁਣ ਇਹ ਇਸ ਗੱਲ ਦਾ ਕਿੱਡਾ ਵੱਡਾ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਸਾਨੂੰ ਪ੍ਰਮਾਣ ਮਿਲਦਾ। ਐਸੇ ਕਰਮ ਕਾਂਡੀ ਵੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਜਿਹੜੇ ਧਾਰਮਿਕ ਪਹਿਰਾਵਾ ਪਹਿਨਦੇ ਸਨ, ਧਰਮ ਕਰਮ ਕਰਦੇ ਸਨ, ਧਰਮ ਅਸਥਾਨਾਂ 'ਤੇ ਰਹਿੰਦੇ ਸਨ, ਤੀਰਥਾਂ 'ਤੇ ਨਹਾਉਂਦੇ ਸਨ। ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਨੇੜਿਓਂ ਹੋ ਕੇ ਵੇਖਿਆ, ਆਖਿਆ ਭਾਈ ਤੁਹਾਡੇ ਜੀਵਨ ਵਿੱਚ ਧਰਮ ਨਾਂ ਦੀ ਕੋਈ ਚੀਜ਼ ਨਹੀਂ, ਤੁਸੀਂ ਧਰਮ ਤੋਂ ਕੋਰੇ ਹੋ, ਤੁਹਾਡੇ ਅੰਦਰ ਧਰਮ ਦਾ ਸੱਚ ਨਹੀਂ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਵੀ ਤੁਹਾਡੇ ਕੋਲ ਸਾਰਾ ਕੁਝ ਹੈ, ਤੁਸੀਂ ਪ੍ਰੈਕਟਿਸ ਵੀ ਕਰ ਸਕਦੇ ਹੋ, ਧਰਮ ਦਾ ਪਹਿਰਾਵਾ ਵੀ ਪਹਿਨਦੇ ਹੋ, ਧਰਮ ਅਸਥਾਨਾਂ 'ਤੇ ਪ੍ਰੋਪਰ ਬੈਠੇ ਵੀ ਹੋਏ ਹੋ, ਬਸ ਤੁਹਾਨੂੰ ਆਪਣੀ ਬਿਰਤੀ ਬਦਲ ਲੈਣ ਦੀ ਲੋੜ ਹੈ, ਤੁਹਾਨੂੰ ਬਿਰਤੀ ਬਦਲਣ ਦੀ ਲੋੜ ਹੈ। ਜੇ ਤੁਹਾਡੀ ਬਿਰਤੀ ਬਦਲ ਗਈ ਤਾਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋਏਗਾ। ਦੂਜੇ ਪਾਸੇ ਤੁਸੀਂ ਵੇਖੋ ਐਸੇ ਬਹੁਤ ਲੋਕ ਹੋਣਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਬਿਰਤੀ ਬਦਲ ਲਓ ਅਤੇ ਬਾਕੀ ਸਾਰਾ ਕੁਝ ਹੀ ਠੀਕ ਹੈ, ਮੈਨੂੰ ਤੁਹਾਡੇ ਪਹਿਰਾਵੇ ਨਾਲ ਵੀ ਕੋਈ ਨਹੀਂ, ਤੁਹਾਡੀ ਪ੍ਰੈਕਟਿਸ ਨਾਲ ਵੀ ਕੋਈ ਨਹੀਂ। ਪਰ ਹੋ ਸਕਦਾ ਉਹਨਾਂ ਗੁਰੂ ਸਾਹਿਬ ਦਾ ਇੱਕ ਵੀ ਬਚਨ ਨਾ ਮੰਨਿਆ ਹੋਵੇ ਅਤੇ ਆਪਣੀ ਬਿਰਤੀ ਨੂੰ ਬਦਲਿਆ ਹੀ ਨਾ ਹੋਵੇ। ਇੱਕ ਪਾਸੇ ਸੱਜਣ ਵਰਗੇ ਉਹ ਮਨੁੱਖ ਨੇ ਜਿਹੜੇ ਠੱਗੀਆਂ ਮਾਰਦੇ ਨੇ, ਭੂਮੀਏ ਵਰਗੇ ਉਹ ਮਨੁੱਖ ਨੇ ਜਿਹੜੇ ਚੋਰੀਆਂ ਕਰਦੇ ਨੇ, ਜਿਨ੍ਹਾਂ ਦੇ ਤਨ ਦੇ ਉੱਤੇ ਨਾ ਧਰਮ ਦਾ ਪਹਿਰਾਵਾ ਹੈ, ਨਾ ਉਹ ਕਿਸੇ ਧਰਮ ਅਸਥਾਨ 'ਤੇ ਬੈਠੇ ਨੇ, ਨਾ ਕੋਈ ਧਰਮ ਦੀ ਪ੍ਰੈਕਟਿਸ ਕਰ ਰਹੇ ਨੇ, ਉਹ ਆਪਣੇ ਆਪਣੇ ਕੰਮੇ ਲੱਗੇ, ਜੈਸੀ ਅੰਦਰ ਬਿਰਤੀ ਹੈ ਵੈਸਾ ਹੀ ਕੰਮ ਕਰੀ ਜਾ ਰਿਹਾ। ਜਦੋਂ ਗੁਰੂ ਨਾਨਕ ਸਾਹਿਬ ਦੀ ਉਹਨਾਂ ਨੂੰ ਸੰਗਤ ਮਿਲਦੀ ਹੈ, ਸੋਭਤ ਮਿਲਦੀ ਹੈ, ਸਤਿਗੁਰੂ ਉਪਦੇਸ਼ ਉਹਨਾਂ ਨੂੰ ਦਿੰਦੇ ਨੇ, ਤਾਂ ਉਹਨਾਂ ਦਾ ਜੀਵਨ ਟੋਟਲੀ ਮੁਕੰਮਲ ਤੌਰ ਉੱਤੇ ਚੇਂਜ ਹੋ ਜਾਂਦਾ, ਤਬਦੀਲ ਹੋ ਜਾਂਦਾ। ਹੁਣ ਇੱਥੇ ਜ਼ਰਾ ਕੁ ਖਿਆਲ ਕਰਕੇ ਵੇਖਣਾ, ਜਦੋਂ ਅਸੀਂ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਪੜ੍ਹਦੇ ਹਾਂ, ਤਾਂ ਉਸ ਵੇਲੇ ਅਸੀਂ ਇਹ ਪੜ੍ਹਦੇ ਹਾਂ ਵੀ ਗੁਰੂ ਸਾਹਿਬ ਨੇ ਸ਼ਬਦ ਸੁਣਾਇਆ, ਉਪਦੇਸ਼ ਦਿੱਤਾ, ਅਤੇ ਸੱਜਣ ਨੇ ਆਪਣੇ ਗੁਨਾਹਾਂ ਦੀ ਗੁਰੂ ਨਾਨਕ ਮਹਾਰਾਜ ਦੇ ਕੋਲੋਂ ਖਿਮਾ ਯਾਚਨਾ ਕਰ ਲਈ। ਜਿਸ ਵੇਲੇ ਹਜ਼ੂਰ ਨੇ ਉਪਦੇਸ਼ ਦਿੱਤਾ ਅਤੇ ਭੂਮੀਏ ਨੇ ਆਪਣੇ ਚੋਰੀ ਦੇ ਮਾੜੇ ਤਰਗੰਤ ਕਰਮਾਂ ਤੋਂ ਤੌਬਾ ਕਰ ਲਈ, ਜਦੋਂ ਗੁਰੂ ਸਾਹਿਬ ਜੀ ਦੀ ਸੋਭਤ ਮਾਣੀ ਅਤੇ ਮਲਕ ਭਾਗੋ ਜੋ ਜ਼ੁਲਮ ਦੀ ਖੱਟੀ ਖੱਟਦਾ, ਜੋ ਧੱਕੇ ਨਾਲ ਗਰੀਬਾਂ ਨੂੰ ਲੁੱਟਦਾ, ਉਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਸਿਰ ਨਿਵਾ ਕੇ ਆਪਣੇ ਕੀਤੇ ਹੋਏ ਕੁਕਰਮਾਂ ਦੀ ਮੁਆਫ਼ੀ ਮੰਗ ਲਈ। ਹੁਣ ਜ਼ਰਾ ਸੋਚ ਕੇ ਵੇਖਣਾ ਵੀ ਕੀ ਫਰਕ ਪੈਂਦਾ।
ਸਰੀਰ ਉਹੋ ਹੀ ਹੈ, ਸੱਜਣ ਦਾ ਸਰੀਰ ਵੀ ਉਹੋ ਹੀ ਹੈ, ਮਲਕ ਭਾਗੋ ਦਾ ਸਰੀਰ ਵੀ ਉਹੋ ਹੀ ਹੈ, ਭੂਮੀਏ ਦਾ ਸਰੀਰ ਵੀ ਉਹੋ ਹੀ ਹੈ। ਬਦਲਦਾ ਕੀ ਹੈ? ਅੰਦਰ ਦੀ ਬਿਰਤੀ ਬਦਲ ਜਾਂਦੀ ਹੈ। ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਕੀਤਾ। ਸਿੱਧ ਕਹਿੰਦੇ ਨੇ ਪੁੱਗੇ ਹੋਏ ਯੋਗੀਆਂ ਨੂੰ, ਯੋਗੀਆਂ ਦੇ ਜਿਹੜੇ ਆਗੂ ਨੇ ਵੱਖ ਵੱਖ ਪੰਥਾਂ, 12 ਪੰਥ ਨੇ ਯੋਗੀਆਂ ਦੇ। ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਆਉਂਦਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਈ ਪੰਥ ਸਭ ਤੋਂ ਉੱਤਮ ਪੰਥ ਮੰਨਿਆ ਜਾਂਦਾ ਯੋਗੀਆਂ ਦਾ। ਉਹ 12 ਫਿਰਕਿਆਂ ਵਿੱਚ ਵੰਡੇ ਹੋਏ ਨੇ ਯੋਗੀ। ਜਦੋਂ ਇੱਕ ਯੋਗੀ ਦੂਸਰੇ ਯੋਗੀ ਨੂੰ ਮਿਲਦਾ ਹੈ ਤਾਂ ਉਹਦੀਆਂ ਨਿਸ਼ਾਨੀਆਂ ਨੂੰ ਵੇਖ ਕੇ ਉਹਨੂੰ ਪੁੱਛਦਾ ਹੈ ਵੀ ਤੇਰਾ ਗੁਰੂ ਕੌਣ ਹੈ, ਤੂੰ ਕਿਹੜੇ ਪੰਥ ਨਾਲ ਸੰਬੰਧ ਰੱਖਦਾ। ਫਿਰ ਉਹ ਦੱਸਦਾ ਵੀ ਮੇਰਾ ਫਲਾਨਾ ਗੁਰੂ ਹੈ, ਮੈਂ ਫਲਾਨੇ ਪੰਥ ਨਾਲ ਸੰਬੰਧ ਰੱਖਦਾ। ਯੋਗ ਮਤ ਵਿੱਚ ਫਿਜ਼ੀਕਲੀ ਗੁਰੂ ਧਾਰਨ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੁੰਦਾ। ਗੁਰੂ ਧਾਰਨ ਕੀਤੇ ਤੋਂ ਬਿਨਾਂ ਯੋਗ ਦੀ ਜੁਗਤ ਸਿਖਾਈ ਨਹੀਂ ਜਾ ਸਕਦੀ, ਉਹਦੀ ਪ੍ਰੈਕਟਿਸ ਆਰੰਭ ਨਹੀਂ ਕੀਤੀ ਜਾ ਸਕਦੀ। ਇਹੀ ਵਜ੍ਹਾ ਹੈ ਵੀ ਜਿਸ ਵੇਲੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਉਹਨਾਂ ਦੀ ਭੇਂਟ ਹੁੰਦੀ ਹੈ, ਵਾਰਤਾਲਾਪ ਹੁੰਦੀ, ਅਤੇ ਉਹ ਪੁੱਛਦੇ ਨੇ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਇਹ ਪ੍ਰਸ਼ਨ ਉਹ ਇਸ ਕਰਕੇ ਪੁੱਛ ਰਹੇ ਨੇ ਕਿ ਯੋਗੀਆਂ ਵਿੱਚ ਇਹ ਰਿਵਾਜ਼ ਹੈ ਵੀ ਇੱਕ ਯੋਗੀ ਜਦੋਂ ਦੂਸਰੇ ਯੋਗੀ ਨੂੰ ਮਿਲਦਾ ਹੈ ਤਾਂ ਉਹਦੇ ਪੰਥ ਬਾਰੇ ਵੀ ਪੁੱਛਦਾ ਵੀ ਕਿਹੜੇ ਪੰਥ ਨਾਲ ਸਾਂਝ ਰੱਖਦਾ, ਤੇਰਾ ਗੁਰੂ ਕੌਣ ਹੈ, ਤੂੰ ਦੀਖਿਆ ਕਿਹਦੇ ਕੋਲੋਂ ਲਈ ਹੈ। ਸਤਿਗੁਰੂ ਜਿਸ ਵੇਲੇ ਯੋਗੀਆਂ ਦੇ ਨਾਲ, ਸਿੱਧਾਂ ਦੇ ਨਾਲ ਵਾਰਤਾਲਾਪ ਕਰਨ ਵਾਸਤੇ ਗਏ ਸਨ ਤਾਂ ਹਜ਼ੂਰ ਦੇ ਤਨ ਉੱਤੇ ਗੇਰੂਏ ਰੰਗ ਦੇ ਵਸਤਰ ਸਨ, ਉਹੋ ਜਿਹੀ ਪਹਿਰਾਵਾ ਜਿਹੋ ਜਿਹਾ ਸਿੱਧ ਯੋਗੀ ਲੋਕ ਪਹਿਨਦੇ ਸਨ। ਸਤਿਗੁਰੂ ਪਾਤਸ਼ਾਹ ਨੇ ਬੜਾ ਅਲੋਕਾਰੀ ਜਵਾਬ ਦਿੱਤਾ, ਬੜਾ ਵੱਖਰਾ। ਉਹਨਾਂ ਗੁਰੂ ਵਜੋਂ ਕਿਸੇ ਸਰੀਰ ਦਾ ਨਾਂ ਨਹੀਂ ਲਿਆ ਅਤੇ ਸਿੱਖ ਵਜੋਂ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ ਵੀ ਮੈਂ ਚੇਲਾ ਹਾਂ। ਉਹਨਾਂ ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਖੈਰ ਅੱਗੇ ਜਾ ਕੇ ਇੱਕ ਬਚਨ ਕਿਹਾ ਸਤਿਗੁਰੂ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਨ ਕਰਦੇ ਨੇ ਯੋਗੀ ਸਿੱਧ, ਕਹਿੰਦੇ ਨੇ ਦੁਨੀਆ ਸਾਗਰ ਦੁਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇਹੁ ਸੱਚਾ ਵਿਚਾਰੋ। ਆਖਦੇ ਨੇ ਹੇ ਗੁਰੂ ਨਾਨਕ ਸਾਹਿਬ, ਇਹ ਸੰਸਾਰ ਬੜੀ ਔਖਾ ਬਿਖਮ ਸਮੁੰਦਰ ਹੈ। ਜ਼ਰਾ ਤੁਸੀਂ ਗੌਰ ਕਰਨਾ, ਬਾਣੀ 'ਚ ਇਹ ਸ਼ਬਦ ਬੜੀ ਵਾਰ ਆਉਂਦਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਦੁਨੀਆ ਸਾਗਰ ਦੁਤਰ ਕਹੀ ਹੈ, ਬਿਖ ਸਾਗਰ ਸੰਸਾਰੋ। ਸੰਸਾਰ ਨੂੰ ਸਾਗਰ ਕਿਉਂ ਕਿਹਾ, ਸਮੁੰਦਰ ਕਿਉਂ ਕਿਹਾ? ਤੁਹਾਡੇ ਸਾਹਮਣੇ ਪਾਣੀ ਹੀ ਪਾਣੀ ਹੋਵੇ, ਤੁਸੀਂ ਉੱਥੋਂ ਤਰ ਕੇ ਲੰਘਣਾ ਚਾਹੋ ਤਾਂ ਕਿੰਨੀ ਕੁ ਤਾਕਤ ਹੋ ਸਕਦੀ ਹੈ ਮਨੁੱਖ ਦੇ ਸਰੀਰ ਵਿੱਚ, ਉਹ ਕਿੰਨਾ ਕੁ ਤਰ ਸਕਦਾ? ਬੇਸ਼ੁਮਾਰ ਪਾਣੀ 'ਤੇ ਸਫ਼ਰ ਕਰਨ ਵਾਸਤੇ ਮਨੁੱਖ ਦਾ ਸਰੀਰ ਇੰਨੇ ਯੋਗ ਨਹੀਂ ਵੀ ਉਹ ਪਾਣੀ 'ਤੇ ਸਫ਼ਰ ਕਰ ਸਕੇ। ਇਸ ਲਈ ਅਸੀਂ ਸਾਧਨ ਘੜੇ, ਬੇੜੀਆਂ ਬਣਾਈਆਂ, ਜਹਾਜ਼ ਬਣਾਏ, ਜਿਨ੍ਹਾਂ ਦੇ ਆਸਰੇ ਦੇ ਉੱਤੇ ਅਸੀਂ ਪਾਣੀ 'ਤੇ ਵੀ ਸਫ਼ਰ ਕਰ ਸਕੀਏ। ਜਿਹੜਾ ਕੰਮ ਸਿੱਧੇ ਰੂਪ 'ਚ ਸਾਡੇ ਸਰੀਰ ਤੋਂ ਨਹੀਂ ਸੀ ਹੋ ਸਕਦਾ, ਉਹਦੇ ਲਈ ਅਸੀਂ ਸਾਧਨ ਬਣਾਏ ਅਤੇ ਸਾਧਨਾ ਦੇ ਰਾਹੀਂ ਇਸ ਸਰੀਰ ਨੂੰ ਪਾਣੀ ਦੇ ਉੱਤੇ ਵੀ ਸਫ਼ਰ ਕਰਨ ਦੇ ਯੋਗ ਬਣਾ ਲਿਆ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਸਮੁੰਦਰ ਹੈ, ਇੱਥੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਤ੍ਰਿਸ਼ਨਾ ਹੈ, ਕਈ ਕੁਝ ਹੈ, ਈਰਖਾ ਹੈ, ਆਸਾ ਹੈ, ਮਨਸ਼ਾ ਹੈ, ਇੰਨਾ ਕੁਝ ਹੈ। ਹੇ ਮਨੁੱਖ, ਸਿੱਧੇ ਰੂਪ 'ਚ ਤੂੰ ਇਹਨਾਂ ਵਿਕਾਰਾਂ ਦਾ ਟਾਕਰਾ ਕਰਨ ਦੀ ਤਾਕਤ ਨਹੀਂ ਰੱਖਦਾ। ਖੌਰੇ ਕਿਹੜਾ ਵਿਚਾਰ, ਕਿਹੋ ਜਿਹਾ ਅਹਿਸਾਸ ਤੇਰੇ ਅੰਦਰ ਪੈਦਾ ਹੋ ਜਾਏ ਅਤੇ ਕਿਹੜੀ ਚੀਜ਼ ਤੇਰੇ ਅੰਦਰ ਨੂੰ ਜ਼ੋਰ ਪਾ ਲਏ ਅਤੇ ਉਹ ਹਵਾ ਦੇ ਵੇਗ ਨਾਲ ਜਿਵੇਂ ਪੱਤੇ ਉੱਡਦੇ ਨੇ ਤੈਨੂੰ ਆਪਣੇ ਵਹਿਣ ਵਿੱਚ ਵਹਾ ਕੇ ਲੈ ਜਾਏ। ਹੁਣ ਜਿਸ ਵੇਲੇ ਬੰਦੇ ਦੀ ਸੁਰਤ ਉੱਤੇ ਕ੍ਰੋਧ ਆ ਵੀ ਹੁੰਦਾ, ਉਹਨੂੰ ਸੁੱਝਦਾ ਥੋੜ੍ਹੀ, ਉਹਦਾ ਗਿਆਨ
ਉਹਦੀ ਸਮਝ, ਉਹਦੀ ਪੜ੍ਹਾਈ, ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ। ਕਈ ਵਾਰ ਮਨੁੱਖ ਆਪਣੇ ਜੀਵਨ ਵਿੱਚ ਇੱਕ ਪਲ ਦੇ ਗੁੱਸੇ ਨਾਲ ਜ਼ਿੰਦਗੀ ਦੀ ਬੜੀ ਵੱਡੀ ਕਮਾਈ ਖਰਾਬ ਕਰ ਲੈਂਦਾ। ਕਈ ਵਾਰ ਲਾਲਚ ਦੇ ਇੱਕ ਹਿੱਸੇ ਦੇ ਨਾਲ ਸਾਰੀ ਜ਼ਿੰਦਗੀ ਕਮਾਇਆ ਹੋਇਆ ਸੰਤੋਖ ਖੂਹ ਖਾਤੇ ਪਾ ਲੈਂਦਾ। ਉਸ ਵੇਲੇ ਮਨ ਦੀ ਜਿਹੜੀ ਸਥਿਤੀ ਹੁੰਦੀ ਹੈ ਉਹ ਬੜੀ ਅਜੀਬ ਹੁੰਦੀ ਹੈ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਇਹ ਐਸੀ ਸਥਿਤੀ ਹੈ ਜਿਸ ਨੂੰ ਮਨੁੱਖ ਤਾਕਤ ਨਾਲ ਹੱਲ ਨਹੀਂ ਕਰ ਸਕਦਾ। ਇਹਦੇ ਲਈ ਸਾਧਨ ਦੀ ਲੋੜ ਪੈਂਦੀ ਹੈ, ਵੀ ਇੱਕ ਸਾਧਨ ਚਾਹੀਦਾ ਜਿਹੜਾ ਮਨੁੱਖ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖੇ, ਸੇਫ ਰੱਖੇ। ਉਹ ਕੀ ਹੈ? ਉਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਈ ਤੁਲਨਾ ਦਿੱਤੀਆਂ ਨੇ। ਨਾਮ ਦਾ ਜ਼ਿਕਰ ਵੀ ਕੀਤਾ, ਸ਼ਬਦ ਦਾ ਜ਼ਿਕਰ ਵੀ ਕੀਤਾ, ਫਿਰ ਉਹਦੀ ਪ੍ਰੈਕਟਿਸ ਕਿਵੇਂ ਹੋਵੇ, ਸਤਸੰਗ, ਨੇਕ ਲੋਕਾਂ ਦੀ ਸੰਗਤ 'ਚ ਬਹਿਣਾ, ਚੰਗੇ ਵਿਚਾਰ ਗ੍ਰਹਿਣ ਕਰਨਾ, ਸੇਵਾ ਕਰਨੀ, ਆਪਣੇ ਅੰਦਰ ਚੰਗੇ ਖਿਆਲ ਪੈਦਾ ਕਰਨ ਵਾਸਤੇ ਯਤਨਸ਼ੀਲ, ਇੱਕ ਪ੍ਰੈਕਟਿਸ ਹੈ। ਕਾਹਦੀ ਪ੍ਰੈਕਟਿਸ ਹੈ? ਤਾਂ ਕਿ ਅਸੀਂ ਜਿਹੜੀ ਮੈਂਟਲੀ ਡਿਜ਼ੀਜ਼ ਪੈਦਾ ਹੋਣੀ ਹੈ ਸਾਡੇ ਅੰਦਰ, ਰੋਗ ਪੈਦਾ ਹੋਣਾ ਜਿਹੜਾ ਸਾਡੇ ਅੰਦਰ, ਉਹਦੇ ਤੋਂ ਅਸੀਂ ਆਪਣੇ ਆਪ ਨੂੰ ਹਰ ਵੇਲੇ ਪ੍ਰੋਟੈਕਟ ਰੱਖ ਸਕੀਏ, ਬਚਾ ਕੇ ਰੱਖ ਸਕੀਏ, ਪ੍ਰੋਟੈਕਟ ਕਰਦੀ ਹੈ। ਜ਼ਰਾ ਸੋਚ ਕੇ ਵੇਖੋ, ਆਪਾਂ ਗੁਰਦੁਆਰਾ ਸਾਹਿਬ ਆਈਏ ਅਤੇ ਸੇਵਾ ਕਰੀਏ, ਕੋਈ ਇੱਕ ਬੰਦਾ ਆਪਣੇ ਸੁਭਾਅ ਕਰਕੇ ਸਾਨੂੰ ਟੋਕ ਦੇਵੇ, ਅਸੀਂ ਇੱਕ ਵਾਰ ਬਰਦਾਸ਼ਤ ਕਰ ਲਵਾਂਗੇ। ਦੂਸਰੀ ਵਾਰ ਸਾਨੂੰ ਟੋਕ ਦੇਵੇ ਅਤੇ ਅਸੀਂ ਕਈ ਵਾਰ ਸੋਚਣ ਲੱਗ ਜਾਂਦੇ ਹਾਂ ਵੀ ਗੁਰਦੁਆਰਾ ਹੀ ਬਦਲ ਲਈਏ, ਰੋਜ਼ ਰੋਜ਼ ਕੌਣ ਕਿਸੇ ਦੀਆਂ ਗੱਲਾਂ ਸੁਣੇਗਾ। ਘਰ ਵਿੱਚ ਵੀ ਅਮੂਮਨ ਇਸ ਤਰ੍ਹਾਂ ਹੁੰਦਾ ਹੈ, ਸਾਡੇ ਬਹੁਤਾਤ ਜਿਹੜੇ ਫੈਮਿਲੀ ਮੈਟਰ ਹੁੰਦੇ ਨੇ ਇਸੇ ਕਰਕੇ ਹੁੰਦੇ ਨੇ ਵੀ ਕਿਸੇ ਨੂੰ ਵੱਧ ਕਹਿਣ ਦੀ ਆਦਤ ਹੁੰਦੀ ਹੈ ਅਤੇ ਦੂਸਰੇ ਨੂੰ ਜਰਨ ਦੀ ਆਦਤ ਨਹੀਂ ਹੁੰਦੀ। ਕਿਤੇ ਨਾ ਕਿਤੇ ਉਹ ਸਮਤੋਲ ਜਿੱਥੇ ਵਿਗੜ ਜਾਂਦਾ ਹੈ, ਉਹ ਭਾਵੇਂ ਧਰਮ ਸਥਾਨ 'ਤੇ ਵਿਗੜ ਜਾਏ, ਉਹ ਭਾਵੇਂ ਘਰ ਵਿੱਚ ਵਿਗੜ ਜਾਏ, ਉੱਥੇ ਹੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਦਰਅਸਲ ਧਰਮ ਚੀਜ਼ ਹੀ ਇਸੇ ਨੂੰ ਕਹਿੰਦੇ ਨੇ, ਆਪਣੇ ਆਪ ਨੂੰ ਇੰਨਾ ਕੁ ਉੱਚਾ ਉਠਾ ਲੈਣਾ ਇਹਨਾਂ ਚੀਜ਼ਾਂ ਤੋਂ ਵੀ ਤੁਹਾਡੀ ਸੁਰਤ ਨੂੰ ਉਹ ਗੱਲਾਂ ਪੋਹ ਹੀ ਨਾ ਸਕਣ। ਇਹਦੀ ਪ੍ਰੈਕਟਿਸ ਹੀ ਗੁਰਮੁਖ ਹੋਣਾ ਹੈ। ਧੰਨ ਗੁਰੂ ਨਾਨਕ ਸਾਹਿਬ ਨੂੰ ਜਦੋਂ ਕਿਸੇ ਨੇ ਭੂਤਨਾ ਨਹੀਂ ਕਿਹਾ ਉਦੋਂ ਵੀ, ਬੇਤਾਲਾ ਨਹੀਂ ਕਿਹਾ ਉਦੋਂ ਵੀ, ਕੁਰਾਈਆ ਨਹੀਂ ਕਿਹਾ ਉਦੋਂ ਵੀ, ਉਹ ਸਹਿਜ ਵਿੱਚ ਨੇ। ਜਦੋਂ ਉਹਨਾਂ ਨੂੰ ਕਿਸੇ ਨੇ ਭੂਤਨਾ, ਬੇਤਾਲਾ ਅਤੇ ਕੁਰਾਈਆ ਕਹਿ ਦਿੱਤਾ ਤਾਂ ਵੀ ਕੋਈ ਖਲਲ ਅੰਦਰ ਨਹੀਂ ਪਿਆ। ਇਹੀ ਸੀ ਕਮਾਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਜਿਸ ਨੇ ਉਹਨਾਂ ਨੂੰ ਹਰ ਪ੍ਰਕਾਰ ਦੇ ਬਾਹਰ ਦੀਆਂ ਉੱਠਦੀਆਂ ਹੋਈਆਂ ਲਹਿਰਾਂ ਅਤੇ ਛੱਲਾਂ ਦੇ ਵਿੱਚੋਂ ਬਚਾ ਲਿਆ। ਆਮ ਬੰਦਾ ਤਾਂ ਡੁੱਬ ਜਾਂਦਾ, ਆਮ ਬੰਦਾ ਤਾਂ ਇਹਨਾਂ ਵਿੱਚ ਗਰਕ ਹੋ ਜਾਂਦਾ। ਅਸੀਂ ਸਾਰੀ ਜ਼ਿੰਦਗੀ ਉਸਤਤ ਲਈ ਜੀਨੇ ਹਾਂ, ਨਿੰਦਾ ਤੋਂ ਬਚਣ ਲਈ ਹੱਥ ਪੈਰ ਮਾਰਦੇ ਹਾਂ, ਪਰ ਇੱਕ ਮਨੋਬਿਰਤੀ ਐਸੀ ਹੈ ਜਿੱਥੇ ਕੋਈ ਉਸਤਤ ਕਰ ਜਾਏ ਅਤੇ ਕੋਈ ਹੰਕਾਰ ਨਹੀਂ, ਜਿੱਥੇ ਕੋਈ ਨਿੰਦਾ ਕਰ ਜਾਏ ਅਤੇ ਕੋਈ ਅੰਦਰ ਢਹਿੰਦੀ ਕਲਾ ਦਾ ਅਹਿਸਾਸ ਹੀ ਪੈਦਾ ਨਹੀਂ ਹੁੰਦਾ ਵੀ ਮੈਂ ਮਾੜਾ ਬਣ ਗਿਆ, ਮੈਂ ਨਹੀਂ। ਦਰਅਸਲ ਮੈਂ ਕਈ ਵਾਰ ਬਿਨੈ ਕਰਦਾ, ਗੁਰਬਾਣੀ 'ਚ ਬੜਾ ਵੱਡਾ ਅਹਿਮ ਖਿਆਲ ਹੈ, ਸਾਡਾ ਜਿਹੜਾ ਸਤਿਕਾਰ ਹੈ ਨਾ ਸਾਰਿਆਂ ਦਾ, ਸਾਡਾ ਸਤਿਕਾਰ ਡਿਪੈਂਡ ਹੈ ਵੀ ਤੁਸੀਂ ਮੈਨੂੰ ਜੀ ਆਖੋਗੇ ਤਾਂ ਫਿਰ ਹੀ ਮੇਰਾ ਸਤਿਕਾਰ ਹੈ, ਜੇ ਤੁਸੀਂ ਕਹਿਣੋਂ ਹਟ ਗਏ ਤਾਂ ਮੈਨੂੰ ਇਵੇਂ ਲੱਗਣ ਲੱਗ ਪੈਣਾ ਵੀ ਮੈਂ ਤਾਂ ਬੰਦਿਆਂ 'ਚੋਂ ਹੀ ਨਹੀਂ। ਇਹ ਜਿਹੜਾ ਸਤਿਕਾਰ ਹੈ ਨਾ, ਅਸੀਂ ਦੂਸਰਿਆਂ ਦੇ ਮੋਢਿਆਂ ਦੇ ਉੱਤੇ ਸੁੱਟਿਆ ਹੋਇਆ ਵੀ ਹਰ ਬੰਦਾ ਦੂਸਰੇ 'ਤੇ ਡਿਪੈਂਡਡ ਹੋ ਗਿਆ, ਇਸ ਕਰਕੇ ਉਹਨੂੰ ਖਤਰਾ ਬਣਿਆ ਰਹਿੰਦਾ ਵੀ ਕੋਈ ਐਸਾ ਨਾ ਹੋਵੇ ਜਿਹੜਾ ਮੈਨੂੰ ਜੀ ਕਹਿਣ ਤੋਂ ਭੱਜ ਜਾਏ। ਉਹ ਫਿਰ ਅਸੀਂ ਇੱਕ ਭਿਖਾਰੀ ਜਿਹੇ ਬਣ ਕੇ ਨਾ ਸੰਸਾਰ ਵਿੱਚ ਜੀਨੇ ਹਾਂ ਵੀ ਫਲਾਨਾ ਬੰਦਾ ਕਿਤੇ ਮੇਰਾ ਸਤਿਕਾਰ ਕਰਨੋਂ ਨਾ ਹਟ ਜਾਏ, ਟਮਕਾਣਾ ਬੰਦਾ ਮੇਰਾ ਸਤਿਕਾਰ ਕਰਨੋਂ ਨਾ ਹਟ ਜਾਏ। ਸਾਰੀ ਜ਼ਿੰਦਗੀ ਇਹੀ ਚਿੰਤਾ ਬਣੀ ਰਹਿੰਦੀ ਹੈ, ਇਸ ਅੰਡਰ ਪ੍ਰੈਸ਼ਰ ਜੀਨੇ ਹਾਂ ਅਸੀਂ। ਤੁਸੀਂ ਵੇਖੋ ਨਾ, ਮੈਂ ਕਈ ਵਾਰ ਬਿਨੈ ਕਰਦਾ
ਗੁਰਮਤ ਵਿੱਚ ਸਿੱਖ ਸੰਸਥਾਵਾਂ 'ਚ ਗੁਰੂ ਕਾਲ ਵੇਲੇ ਐਸਾ ਨਹੀਂ ਸੀ। ਇਹ ਅਸੀਂ ਬਣਾ ਲਿਆ ਔਰ ਇਹ ਬੜੇ ਵੱਡੇ ਗੁਰਬਾਣੀ ਦੀ ਫਿਲੋਸਫੀ ਮੁਤਾਬਕ ਬੜੇ ਵੱਡੇ ਨੁਕਸਾਨ ਦੀ ਚੀਜ਼ ਹੈ। ਹਰ ਇੱਕ ਨੂੰ ਗੁਰਮੁਖ ਕਹੀ ਜਾਣਾ, ਹਰ ਇੱਕ ਨੂੰ ਸੰਤ ਕਹੀ ਜਾਣਾ, ਹਰ ਇੱਕ ਨੂੰ ਬੜੇ ਵੱਡੇ ਵੱਡੇ ਮਾਣ ਸਨਮਾਨ ਦੇ ਕੇ ਸਵਾਰੀ ਜਾਣ, ਜਿਹਨੂੰ ਨਾ ਮਿਲਿਆ ਉਹਦੀ ਪ੍ਰੋਬਲਮ ਖੜੀ ਹੈ, ਜਿਹਨੂੰ ਵੱਧ ਵਾਰ ਮਿਲ ਗਿਆ ਉਹਨੇ ਸਮਝਣਾ ਸਿੱਖਾਂ 'ਚ ਮੈਂ ਹੀ ਹਾਂ, ਬਾਕੀ ਤਾਂ ਸਿੱਖ ਕਿਸੇ ਕੰਮ ਦੇ ਹੀ ਨਹੀਂ। ਇਹ ਅਸੀਂ ਹਉਮੈ ਨੂੰ ਖਤਮ ਕਰਨ ਦੀ ਬਜਾਏ, ਹਉਮੈ ਨੂੰ ਨੀਵਾਂ ਕਰਨ ਦੀ ਪ੍ਰੈਕਟਿਸ ਕਰਨ ਦੀ ਬਜਾਏ ਕਿਤੇ ਨਾ ਕਿਤੇ ਹਵਾ ਦਿੱਤੀ ਹੈ ਹਉਮੈ ਦੀ ਅੱਗ ਨੂੰ, ਉਹ ਹੋਰ ਬਲ ਪਈ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਵੀ ਆਪਣੀ ਤ੍ਰਿਸ਼ਨਾ 'ਤੇ ਕੰਟਰੋਲ ਕਰਨਾ ਮਨੁੱਖ ਨੇ। ਤ੍ਰਿਸ਼ਨਾ 'ਤੇ ਉਹ ਅੱਗ ਹੈ ਜਿਹਦੇ 'ਚ ਜਿੰਨਾ ਬਾਲਣ ਸੁੱਟ ਦਿਓ ਉੱਨੀ ਉੱਚੀ ਉੱਠੇਗੀ। ਗੁਰੂ ਕੋਲੋਂ ਹਰ ਵੇਲੇ ਇਹ ਮੰਗਣਾ ਸੀ ਵੀ ਸਤਿਗੁਰੂ ਜੀ ਸਾਨੂੰ ਜੋ ਹੈ ਉਹਦੇ 'ਚ ਸਬਰ ਕਰਨਾ ਆ ਜਾਏ। ਹੁਣ ਜ਼ਰਾ ਤੁਸੀਂ ਗੌਰ ਕਰੋ, ਜਦੋਂ ਕੋਈ ਧਰਮ ਸਥਾਨ ਨਾਲ ਇਹ ਕਹਾਣੀ ਜੋੜਦਾ ਵੀ ਤੁਸੀਂ ਜੇ ਪੰਜ ਐਤਵਾਰ, ਪੰਜ ਪੂਰਨਮਾਸ਼ੀਆਂ, ਪੰਜ ਮੱਸੇ ਆਓਗੇ ਤਾਂ ਆਹ ਮਿਲ ਜਾਏਗਾ, ਫਿਰ ਆਓਗੇ ਤਾਂ ਆਹ ਮਿਲ ਜਾਏਗਾ, ਸੇਲ ਲੱਗ ਜਾਏ, ਤੁਸੀਂ ਉਸ ਬੰਦੇ ਨੂੰ ਸਬਰ ਦੇ ਰਹੇ ਹੋ ਕਿ ਉਹਦੀ ਤ੍ਰਿਸ਼ਨਾ 'ਚ ਬਾਲਣ ਸੁੱਟ ਰਹੇ ਹੋ। ਇਨਸਾਨ ਤਾਂ ਅੱਗੇ ਹੀ ਭੁੱਖ ਦੇ ਰੋਗ ਦਾ ਸ਼ਿਕਾਰ ਹੈ, ਅੰਦਰ ਉਹਨੇ ਖੂਹ ਪੁੱਟਿਆ ਹੋਇਆ ਜਿਹੜਾ ਸਾਰੀ ਦੁਨੀਆ ਦੇ ਧਨ ਪਦਾਰਥ ਨਾਲ ਵੀ ਨਹੀਂ ਭਰੇਗਾ। ਕਮਾਲ ਦੀ ਗੱਲ ਇਹ ਹੈ, ਧਰਮ ਅਸਥਾਨ ਤੋਂ ਵੀ ਮਨੁੱਖ ਨੂੰ ਲਾਲਚ ਦੀ ਬਿਰਤੀ ਹੀ ਦੀ ਪੱਟੀ ਪੜ੍ਹਾਈ ਜਾਣ ਲੱਗ ਪਈ, ਉਹਨੂੰ ਹੰਕਾਰੀ ਵੀ ਬਣਾਇਆ ਜਾਣ ਲੱਗ ਪਿਆ। ਪ੍ਰੈਕਟਿਸ ਹੰਕਾਰ ਦੀ ਹੋ ਰਹੀ ਹੈ, ਵਖਿਆਨ ਨਿਮਰਤਾ ਦਾ ਹੋ ਰਿਹਾ। ਪ੍ਰੈਕਟਿਸ ਲਾਲਚ ਦੀ ਕੀਤੀ ਜਾ ਰਹੀ ਹੈ ਅਤੇ ਵਖਿਆਨ ਉਪਦੇਸ਼ ਜਿਹੜਾ ਉਹ ਸਬਰ ਸੰਤੋਖ ਦਾ ਦਿੱਤਾ ਜਾ ਰਿਹਾ। ਯਾਨੀ ਕਿ ਜੋ ਅਸੀਂ ਗ੍ਰਹਿਣ ਕਰਨਾ ਚਾਹੁੰਦੇ ਉਹ ਚੀਜ਼ ਹੋਰ ਹੈ ਅਤੇ ਜਿਹਦੀ ਪ੍ਰੈਕਟਿਸ ਕਰ ਰਹੇ ਹੋ ਬਿਲਕੁਲ ਅਲੈਹਦਾ ਚੀਜ਼ ਹੈ। ਇਸ ਨੁਕਤੇ ਨੂੰ ਸਮਝਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰਪੁਰਸ਼ ਦੇਖਿਆ ਵਰ ਨਾਹੀ ਥਾਉ। ਗੁਰੂ ਇਸ ਕਾਰਜ ਲਈ ਨਹੀਂ ਹੈ ਵੀ ਗੁਰੂ ਦੇ ਰਾਹੀਂ ਅਸੀਂ ਪਦਾਰਥਕ ਡੀਲ ਕਰੀਏ, ਗੁਰੂ ਕੋਲ 'ਤੇ ਆ ਕੇ ਅਸੀਂ ਇਹ ਮੰਗਣਾ, ਜਿੱਥੇ ਰੱਖੈਂ ਬੈਕੁੰਠ ਤਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਉ। ਸਤਿਗੁਰੂ ਸਾਡੀ ਬਿਰਤੀ ਇਹੋ ਜਿਹੀ ਘੜ ਵੀ ਅਸੀਂ ਜੀਵਨ ਵਾਧੇ ਅਤੇ ਘਾਟੇ ਦੋਵਾਂ ਚੀਜ਼ਾਂ ਦਾ ਨਾਂ ਹੈ। ਹੋ ਸਕਦਾ ਅੱਜ ਸਾਡੇ ਡਾਇਨਿੰਗ ਟੇਬਲ 'ਤੇ 36 ਪ੍ਰਕਾਰ ਦੇ ਪਕਵਾਨ ਪਏ ਹੋਣ, ਅਤੇ ਹੋ ਸਕਦਾ ਕੱਲ੍ਹ ਨੂੰ ਸਿਚੁਏਸ਼ਨ ਇਹ ਵੀ ਇਹੋ ਜਿਹੀ ਹੋਵੇ ਵੀ ਤੁਹਾਨੂੰ ਰੁੱਖੀ ਰੋਟੀ ਖਾ ਕੇ ਗੁਜ਼ਾਰਾ ਕਰਨਾ ਪਏ। ਜੀਵਨ ਹੈ ਨਾ, ਸੰਸਾਰ ਹੈ, ਪਦਾਰਥ ਇੱਕ ਐਸੀ ਚੀਜ਼ ਹੈ ਸਦਾ ਗੇੜ ਵਿੱਚ ਰਹਿੰਦਾ, ਨਾ ਪਦਾਰਥ ਦਾ ਮਾਲਕ ਟਿਕਿਆ ਰਹਿੰਦਾ ਅਤੇ ਨਾ ਪਦਾਰਥ ਸਦਾ ਇੱਕ ਥਾਂ 'ਤੇ ਟਿਕਿਆ ਰਹਿੰਦਾ। ਸੰਸਾਰ ਵਿੱਚ ਵੱਡੇ ਵੱਡੇ ਅੰਪਾਇਰ ਜਿਹੜੇ ਨੇ ਨਾ, ਵੱਡੇ ਵੱਡੇ ਬਿਜ਼ਨਸ ਅੰਪਾਇਰ ਹੋ ਗਏ, ਪੋਲੀਟੀਕਲ ਅੰਪਾਇਰ ਹੋ ਗਏ, ਸਟੇਟਾਂ ਹੋ ਗਈਆਂ, ਹਰ ਚੀਜ਼ ਸਦੀਆਂ ਤੋਂ ਰੰਗ ਬਦਲਦੀ ਆ ਰਹੀ ਹੈ, ਸਦਾ ਕਾਇਮ ਨਹੀਂ ਰਹਿੰਦੀ। ਇਸ ਲਈ ਗੁਰੂ ਮਹਾਰਾਜ ਨੇ ਸੰਸਾਰ ਦੀ ਸੱਚਾਈ ਤੋਂ ਸਾਨੂੰ ਅਵਗਤ ਕਰਾਇਆ, ਜਾਣੂ ਕਰਾਇਆ ਵੀ ਜਗਤ ਦੇ ਸੱਚ ਤੋਂ ਜਾਣੂ ਹੋਣਾ, ਅਤੇ ਸੱਚ ਤੋਂ ਜਾਣੂ ਕਰਾਉਂਦਾ ਕੌਣ ਹੈ? ਗੁਰੂ ਕਰਾਉਂਦਾ। ਗੁਰੂ ਜਿਸ ਸੱਚ ਤੋਂ ਜਾਣੂ ਕਰਾਉਂਦਾ ਉਹਦੀ ਕਮਾਈ ਕਰਨਾ ਹੀ ਧਰਮ ਹੈ, ਉਹਨੂੰ ਕਮਾ ਲੈਣਾ ਹੀ ਧਰਮੀ ਹੋਣਾ ਹੈ। ਤੋ ਮੈਂ ਬਿਨੈ ਕਰ ਰਿਹਾ ਸਾਂ ਵੀ ਸਾਡਾ ਜਿਹੜਾ ਆਦਰ ਹੈ ਉਹ ਦੂਸਰਿਆਂ ਦੇ ਆਸਰੇ ਦੇ ਉੱਤੇ, ਉਹ ਫੌੜੀਆਂ ਦੇ ਆਸਰੇ 'ਤੇ ਚੱਲਦਾ ਹੈ। ਜਦੋਂ ਅਗਲਾ ਫੌੜੀ ਖਿੱਚ ਲੈਂਦਾ ਸਾਡੇ ਪੱਲੇ ਹੀ ਕੁਝ ਨਹੀਂ ਰਹਿ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਮੈਂ ਘਟਨਾ ਕਈ ਵਾਰ ਸਾਂਝੀ ਕੀਤੀ ਹੈ। ਭਾਈ ਮਰਦਾਨਾ ਜੀ ਨੇ ਇੱਕ ਵਾਰ ਗੁਰੂ ਨਾਨਕ ਮਹਾਰਾਜ ਨੂੰ ਕਿਹਾ, ਕਹਿਣ ਲੱਗਿਆ, ਸਤਿਗੁਰੂ ਜੀ ਜਦੋਂ ਕੋਈ ਆਪਣੇ ਨਿੱਜੀ ਗਰਜ ਵਾਸਤੇ ਕਦਮ ਪੁੱਟਦਾ, ਕੋਈ ਕੰਮ ਕਰਦਾ ਹੈ, ਫਿਰ ਵੀ ਉਹਨੂੰ ਕੋਈ ਐਸਾ ਸ਼ਬਦ ਬੋਲਦਾ, ਅਪਮਾਨਿਤ ਗੱਲ ਕਰਦਾ,
ਤਾਂ ਉਹਦੇ ਮਨ ਨੂੰ ਮਹਿਸੂਸ ਹੁੰਦਾ ਹੈ ਮਹਾਰਾਜ ਤੁਸੀਂ ਜਗਤ ਦੇ ਭਲੇ ਲਈ ਆਪਣਾ ਘਰ ਪਰਿਵਾਰ ਛੱਡ ਕੇ ਇਹਨਾਂ ਵਿਖੜੇ ਸਫਰਾਂ ਦੇ ਰਾਹੀ ਬਣੇ ਹੋ। ਮਹਾਰਾਜ ਜਿਸ ਵੇਲੇ ਤੁਹਾਨੂੰ ਕੋਈ ਭੂਤਨਾ ਕਹਿੰਦਾ ਹੈ, ਬੇਤਾਲਾ, ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਤੁਹਾਡੀ ਸਾਰ ਨਹੀਂ, ਦਰਅਸਲ ਅਸੀਂ ਬਹੁਤੀ ਪਰਵਾਹ ਹੀ ਉਹਨਾਂ ਦੀ ਕਰਨ ਲੱਗ ਜਾਂਦੇ ਹਾਂ ਜਿਨ੍ਹਾਂ ਨੂੰ ਸਾਡੀ ਸਾਰ ਨਹੀਂ ਹੁੰਦੀ। ਉਹਨਾਂ ਦੀ ਪਰਵਾਹ ਕਰਦਿਆਂ ਕਰਦਿਆਂ ਅਸੀਂ ਆਪਣਾ ਮਿਆਰ ਵੀ ਥੱਲੇ ਸੁੱਟ ਲੈਂਦੇ ਹਾਂ। ਮਨੁੱਖ ਸੰਸਾਰ ਵਿੱਚ ਹਮੇਸ਼ਾ ਦੂਸਰੇ ਬਾਰੇ ਸੋਚਦਾ ਰਹਿੰਦਾ ਹੈ ਵੀ ਉਹ ਮੇਰੇ ਬਾਰੇ ਕੀ ਸੋਚਦਾ, ਮੇਰੇ ਬਾਰੇ ਕੀ ਕਹਿੰਦਾ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਭਟਕਣਾ ਦੀ। ਜੇ ਸੱਚਮੁੱਚ ਹੀ ਸਾਡੇ ਅੰਦਰ ਸੱਚਾਈ ਦੀ ਕਣੀ ਹੈ, ਅਸੂਲ ਹੈ, ਧਰਮ ਹੈ, ਗੁਣ ਹੈ, ਉਹਦੇ ਉੱਤੇ ਫਖਰ ਕਰਦਿਆਂ ਹੋਇਆਂ ਤੁਰੇ ਚੱਲੀਏ। ਇਸ ਗੱਲ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਵੀ ਕੋਈ ਸੋਚ ਕੀ ਰਿਹਾ, ਕੋਈ ਕਹਿ ਕੀ ਰਿਹਾ, ਕੋਈ ਮੇਰੀ ਪਿੱਠ ਪਿੱਛੇ ਗੱਲ ਕੀ ਕਰ ਰਿਹਾ। ਗੁਰੂ ਨਾਨਕ ਮਹਾਰਾਜ ਨੂੰ ਭਾਈ ਜੀ ਆਖਣ ਲੱਗੇ, ਕਹਿਣ ਲੱਗੇ, ਸਤਿਗੁਰੂ ਜਿਸ ਵੇਲੇ ਤੁਹਾਨੂੰ ਕੋਈ ਭੂਤਨਾ ਕਹਿੰਦਾ ਹੈ, ਬੇਤਾਲਾ ਕਹਿੰਦਾ ਹੈ, ਕੁਰਾਈਆ ਕਹਿੰਦਾ, ਐਸੇ ਗੁਸਤਾਖੀ ਭਰੇ ਬੋਲ ਆਖਦਾ ਹੈ, ਮਹਾਰਾਜ ਮੇਰੇ ਮਨ ਨੂੰ ਬਹੁਤ ਰੰਜ ਹੁੰਦਾ ਵੀ ਤੁਸੀਂ ਜਿਹਨਾਂ ਲੋਕਾਂ ਦਾ ਭਲਾ ਕਰਨ ਚੱਲੇ ਹੋ ਉਹਨਾਂ ਲੋਕਾਂ ਨੂੰ ਤੁਹਾਡੀ ਜਦੋਂ ਸਾਰ ਨਹੀਂ ਹੁੰਦੀ ਤਾਂ ਉਹ ਤੁਹਾਨੂੰ ਇਹੋ ਜਿਹੇ ਸ਼ਬਦ ਕਹਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਧੀਰਜ ਦਿੱਤਾ ਅਤੇ ਆਖਿਆ, ਭਾਈ ਜੀ ਜਦੋਂ ਦੇ ਆਪਾਂ ਸਫ਼ਰ ਦੇ ਉੱਤੇ ਹਾਂ, ਆਪਾਂ ਥਾਂ ਪੁਰ ਥਾਂ ਵੱਖ ਵੱਖ ਜਗ੍ਹਾ ਦੇ ਉੱਤੇ ਜਾ ਕੇ ਰੁਕੇ, ਕਿਤੇ ਦਿਨੇ ਰੁਕਣਾ ਪਿਆ, ਕਿਤੇ ਰਾਤ ਰੁਕਣਾ ਪਿਆ, ਸਿਰ 'ਤੇ ਛੱਤ ਵੀ ਚਾਹੀਦੀ ਸੀ, ਖਾਣ ਲਈ ਭੋਜਨ ਵੀ ਚਾਹੀਦਾ ਸੀ, ਸਾਡੀਆਂ ਜਿਹੜੀਆਂ ਆਮ ਜ਼ਰੂਰਤਾਂ ਸਨ ਉਹ ਅਸੀਂ ਪੂਰੀਆਂ ਕਰਨ ਵਾਸਤੇ ਮਦਦ ਲਈ, ਕਿਸੇ ਨੇ ਸਾਡੀ ਸੇਵਾ ਵੀ ਕੀਤੀ। ਹੁਣ ਕਈ ਵਾਰ ਆਪਾਂ ਇਸੇ ਘਰ ਵਿੱਚ ਜਾ ਕੇ ਰੁਕਦੇ ਹਾਂ ਜਿਹੜੇ ਵਿਚਾਰੇ ਕੱਖਾਂ ਦੀ ਕੁੱਲੀ ਵਿੱਚ ਰਹਿੰਦੇ ਨੇ, ਗਰੀਬ ਨੇ, ਕਿਰਤੀ ਨੇ, ਮਜ਼ਦੂਰ ਨੇ, ਉਹ ਜਿਹੜਾ ਰੁੱਖਾ ਆਪ ਖਾਂਦੇ ਨੇ ਉਹੀ ਸਾਨੂੰ ਵੰਡ ਕੇ ਦੇ ਦਿੰਦੇ ਨੇ ਵੀ ਤੁਸੀਂ ਸਾਡੇ ਮਹਿਮਾਨ ਹੋ, ਜੋ ਅਸੀਂ ਖਾ ਰਹੇ ਉਹੀ ਅਸੀਂ ਤੁਹਾਨੂੰ ਦੇ ਸਕਦੇ। ਆਪਾਂ ਕਈ ਐਸੇ ਘਰਾਂ ਵਿੱਚ ਵੀ ਗਏ ਜਿਹੜੇ ਚੰਗਾ ਖਾਂਦੇ ਸਨ, ਉਹਨਾਂ ਦੇ ਸਿਰ ਦੇ ਉੱਤੇ ਮਜ਼ਬੂਤ ਛੱਤ ਸੀ, ਚੰਗੇ ਪੱਕੇ ਘਰ ਸਨ, ਉਹਨਾਂ ਨੇ ਆਪਾਂ ਨੂੰ ਉੱਥੇ ਹੀ ਠਹਿਰਾਇਆ ਜਿਹੋ ਜਿਹਾ ਉਹਨਾਂ ਕੋਲ ਟਿਕਾਣਾ ਸੀ ਰਹਿਣ ਵਾਸਤੇ, ਅਤੇ ਜੋ ਉਹਨਾਂ ਕੋਲ ਖਾਣ ਵਾਸਤੇ ਮੁਯੱਸਰ ਸੀ ਉਹੀ ਉਹਨਾਂ ਨੇ ਆਪਾਂ ਨੂੰ ਦਿੱਤਾ। ਹੁਣ ਜਿਹਦੇ ਕੋਲ ਰੁੱਖੀ ਰੋਟੀ ਹੈ ਖਾਣ ਲਈ, ਜਿਹੜਾ ਗਰੀਬੜਾ ਹੈ ਉਹ ਤਾਂ ਰੁੱਖਾ ਹੀ ਦੇ ਸਕਦਾ ਨਾ ਵੰਡ ਕੇ, ਜਿਹਦੇ ਕੋਲ ਚੰਗਾ ਹੈ ਖਾਣ ਵਾਸਤੇ ਉਹ ਚੰਗਾ ਹੀ ਦੇ ਸਕਦਾ। ਇਸੇ ਤਰ੍ਹਾਂ ਮਨੁੱਖ ਬਿਰਤੀ ਕਰਕੇ ਵੀ ਅਮੀਰ ਅਤੇ ਗਰੀਬ ਹੁੰਦੇ ਨੇ। ਕੁਝ ਐਸੇ ਗਰੀਬ ਹੁੰਦੇ ਨੇ ਵੀ ਸਾਰੀ ਜ਼ਿੰਦਗੀ ਉਹਨਾਂ ਦੇ ਕੋਲੋਂ ਚੰਗਾ ਸ਼ਬਦ ਹੀ ਨਹੀਂ ਸਰਦਾ ਵੀ ਉਹ ਜ਼ਬਾਨ ਤੋਂ ਚੰਗਾ ਬੋਲ ਹੀ ਲੈਣ। ਕੁਝ ਐਸੇ ਗਰੀਬ ਹੁੰਦੇ ਨੇ ਵੀ ਉਹਨਾਂ ਦੇ ਕੋਲ ਸਾਰੀ ਜ਼ਿੰਦਗੀ ਰੱਬ ਨੇ ਬੁੱਧੀ ਦਿੱਤੀ ਹੁੰਦੀ ਹੈ ਪਰ ਉਹ ਚੰਗਾ ਖਿਆਲ ਆਪਣੇ ਅੰਦਰ ਪੈਦਾ ਨਹੀਂ ਕਰ ਸਕਦੇ। ਉਹ ਜਿਵੇਂ ਆਪਾਂ ਪਹਿਲੇ ਦੀਵਾਨ ਵਿੱਚ ਜ਼ਿਕਰ ਕੀਤਾ ਸੀ ਨਾ ਵੀ ਕਲਰ ਵਾਲੀ ਧਰਤੀ 'ਤੇ ਜਿੰਨਾ ਮਰਜ਼ੀ ਬੀਜ ਸੁੱਟ ਦਿਓ, ਜਿੰਨਾ ਮਰਜ਼ੀ ਪਾਣੀ ਪਾ ਦਿਓ, ਉੱਥੇ ਫਸਲ ਪੈਦਾ ਨਹੀਂ ਹੋ ਸਕਦੀ, ਉਹਨੂੰ ਬੰਜਰ ਭੋਏ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰ ਸਾਡੀ ਸੋਚਣੀ ਵੀ ਬੰਜਰ ਜ਼ਮੀਨ ਵਰਗੀ ਹੋ ਜਾਂਦੀ ਹੈ, ਸਾਰੀ ਜ਼ਿੰਦਗੀ ਬੰਦਾ ਉੱਤੇ ਪਾਣੀ ਸੁੱਟਦਾ ਰਹਿੰਦਾ, ਸਾਰੀ ਜ਼ਿੰਦਗੀ ਬੀਜ ਪਾਉਂਦਾ ਰਹਿੰਦਾ, ਪਰ ਇੱਕ ਵੀ ਚੰਗਾ ਖਿਆਲ ਬੰਦੇ ਦੇ ਅੰਦਰੋਂ ਨਹੀਂ ਫੁੱਟਦਾ। ਕਾਰਨ ਅਸੀਂ ਆਪਣੀ ਉਸ ਹਿਰਦੇ ਦੀ ਜਾਂ ਸੋਚ ਦੀ ਭੂਮੀ ਨੂੰ ਸਵਾਰਨ ਲਈ ਕਦੇ ਯਤਨ ਹੀ ਨਹੀਂ ਕੀਤਾ ਹੁੰਦਾ। ਦੂਸਰਾ ਪੱਖ, ਗੁਰੂ ਨਾਨਕ ਮਹਾਰਾਜ ਨੇ ਆਖਿਆ, ਭਾਈ ਜੀ ਜਿਨ੍ਹਾਂ ਦੇ ਖੀਸੇ ਪੱਥਰਾਂ ਨਾਲ ਭਰੇ ਹੋਣ ਉਹਨਾਂ ਕੋਲੋਂ ਫੁੱਲਾਂ ਦੀ ਵਰਖਾ ਦੀ ਤਵੱਕੋ ਨਹੀਂ ਕਰੀਦੀ, ਜੋ ਚੀਜ਼ ਉਹਨਾਂ ਕੋਲ ਹੈ ਹੀ ਨਹੀਂ ਉਹ ਦੇਣਗੇ ਕਿੱਥੋਂ। ਤਾਂ ਜੇ ਕੋਈ ਬੰਦਾ ਫਿਰ ਵੀ ਸੋਚਦਾ ਵੀ ਇਹ ਜੇਬ 'ਚੋਂ ਫੁੱਲ ਕੱਢ ਕੇ ਮੇਰੇ ਉੱਤੇ ਵਰਖਾ ਕਰੇਗਾ ਤਾਂ ਸੋਚਣ ਵਾਲੇ ਦਾ ਭੁਲੇਖਾ ਹੈ, ਉਹਦੇ ਕੋਲ ਤਾਂ ਜੋ ਹੈ ਉਹ ਵੰਡ ਰਿਹਾ।
ਤੋ ਜਿਨ੍ਹਾਂ ਸਾਰੀ ਜ਼ਿੰਦਗੀ ਜ਼ਹਿਰ ਹੀ ਕਮਾਇਆ ਹੋਵੇ ਉਹਨਾਂ ਵੰਡਣਾ ਵੀ ਤਾਂ ਜ਼ਹਿਰ ਹੀ ਹੈ। ਜਿਨ੍ਹਾਂ ਨੇ ਜ਼ਿੰਦਗੀ 'ਚ ਕਿਤੇ ਅੰਮ੍ਰਿਤ ਦੀ ਕਣੀ ਕਮਾਈ ਹੈ, ਮਿਠਾਸ ਕਮਾਈ ਹੈ, ਉਹ ਤਾਂ ਹੀ ਵੰਡਣਗੇ ਨਾ। ਇਸੇ ਕਰਕੇ ਸਾਡੇ ਕਲਚਰ ਵਿੱਚ ਕਿਹਾ ਜਾਂਦਾ ਸੀ ਵੀ ਬੰਦਾ ਤਿੰਨ ਚੀਜ਼ਾਂ ਤੋਂ ਪਛਾਣਿਆ ਜਾਂਦਾ ਹੈ, ਦਸਤਾਰ, ਰਫਤਾਰ ਅਤੇ ਗੁਫਤਾਰ। ਗੁਫਤਾਰ ਇੱਕ ਹਿੱਸਾ ਸੀ ਵੀ ਬੋਲ ਚਾਲ ਤੋਂ। ਕਿਸੇ ਦਾ ਰਿਸ਼ਤਾ ਹੋਣਾ ਸੀ ਅਤੇ ਉਸ ਬਜ਼ੁਰਗ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਵੀ ਮੈਂ ਇਕੱਲਾ ਬੋਲਾਂਗਾ, ਰੱਬ ਦਾ ਵਾਸਤਾ ਤੁਹਾਡੇ 'ਚੋਂ ਕੋਈ ਨਾ ਬੋਲੇ। ਉਹ ਕਹਿਣ ਲੱਗੇ ਕਿਉਂ? ਕਹਿਣ ਲੱਗਾ ਜੇ ਤੁਸੀਂ ਨਹੀਂ ਬੋਲੋਗੇ ਤਾਂ ਤੁਸੀਂ ਸਭ ਤੋਂ ਵੱਧ ਸਿਆਣੇ ਮੰਨੇ ਜਾਓਗੇ। ਜਦੋਂ ਤੁਹਾਡੇ 'ਚੋਂ ਇੱਕ ਨੇ ਵੀ ਜ਼ਬਾਨ ਖੋਲ੍ਹੀ, ਇੱਕ ਤਾਂ ਆਪਣੇ ਬੱਚੇ ਦਾ ਰਿਸ਼ਤਾ ਟੁੱਟ ਜਾਣਾ, ਅਤੇ ਦੂਸਰੀ ਗੱਲ ਜਦੋਂ ਤੁਸੀਂ ਜ਼ਬਾਨ ਤੋਂ ਕੋਈ ਨਾ ਕੁਝ ਕਹਿ ਦਿੱਤਾ, ਉਸੇ ਵੇਲੇ ਅਗਲਿਆਂ ਨੂੰ ਪਤਾ ਲੱਗ ਜਾਣਾ ਵੀ ਇਹ ਸਾਰਾ ਕੋੜਮਾ, ਸਾਰਾ ਟੱਬਰ ਕਬੀਲਾ ਹੀ ਕਮਲਿਆਂ ਦਾ। ਉਹ ਕਹਿਣ ਲੱਗੇ ਵੀ ਇਹ ਕੀ ਗੱਲ ਹੋਈ? ਕਹਿਣ ਲੱਗਿਆ ਜਾ ਕੇ ਪਿੰਡ 'ਚੋਂ ਪੁੱਛੋ। ਜਿਹੜਾ ਬੰਦਾ ਖੁਦ ਕੌੜਾ ਬੋਲਦਾ ਹੋਵੇ, ਝੂਠ ਬੋਲਦਾ ਹੋਵੇ, ਬਦਤਮੀਜ਼ੀ ਨਾਲ ਬੋਲਦਾ ਹੋਵੇ, ਉਹਨੂੰ ਕਦੇ ਨਹੀਂ ਲੱਗਦਾ ਹੁੰਦਾ ਵੀ ਮੈਂ ਗਲਤ ਹਾਂ। ਆਪਣੇ ਬੱਚੇ ਇਸੇ ਕਰਕੇ ਅਣਵਿਆਹੇ ਰਹਿ ਰਹੇ ਨੇ ਤੁਹਾਡੀ ਬੋਲੀ ਕਰਕੇ। ਜਿੰਨਾ ਚਿਰ ਮੂਰਖ ਆਪਣੀ ਮੂਰਖਤਾਈ ਨੂੰ ਚੁੱਪ ਰਹਿ ਕੇ ਢੱਕ ਸਕਦਾ, ਚੁੱਪ ਰਹਿ ਕੇ ਢੱਕ ਸਕਦਾ, ਜੇ ਮਨੁੱਖ ਦੇ ਅੰਦਰ ਚੰਗੀ ਚੀਜ਼ ਨਾ ਹੋਵੇ ਤਾਂ ਉਹਨੂੰ ਡਿਲੀਵਰ ਕਰਨ ਤੋਂ ਬਚਣਾ ਚਾਹੀਦਾ। ਸਿਆਣੇ ਪੁਰਖਾਂ ਦਾ ਇਹ ਬੋਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਕਹਿੰਦੇ ਨੇ ਜਿਹੜਾ ਫਿੱਕਾ ਬੋਲ ਹੈ ਨਾ, ਉਹ ਤੁਹਾਨੂੰ ਖੁਆਰ ਕਰਦਾ ਸਾਰੀ ਜ਼ਿੰਦਗੀ, ਉਹ ਤੁਹਾਡੀ ਤਸਵੀਰ ਘੜਦਾ। ਤੁਸੀਂ ਕਈ ਵਾਰ ਵੇਖਿਆ ਕਿਸੇ ਮਨੁੱਖ ਬਾਰੇ ਆਪਾਂ ਨੂੰ ਕੋਈ ਆ ਕੇ ਕਹੇ ਵੀ ਉਹ ਮਨੁੱਖ ਬਿਲਕੁਲ ਚੰਗਾ ਨਹੀਂ, ਉਸ ਬੰਦੇ ਦੀ ਇੱਕ ਪਿਕਚਰ, ਇੱਕ ਈਮੇਜ ਬਣ ਜਾਂਦੀ ਹੈ ਸਾਡੇ ਦਿਮਾਗ ਵਿੱਚ ਵੀ ਸੱਚਮੁੱਚ ਹੀ ਉਹ ਬੰਦਾ ਮਾੜਾ ਹੋਣਾ, ਕਿਉਂਕਿ ਜਿਹਨੇ ਕਿਹਾ ਆਪਾਂ ਉਹਦੀ ਗੱਲ 'ਤੇ ਭਰੋਸਾ ਕਰ ਲਿਆ। ਬਹੁਤਾ ਸੰਸਾਰ, ਅੱਜ ਵੀ ਮੈਂ ਕਈ ਵਾਰ ਸੋਚਦਾ ਹਾਂ ਸਾਡੇ ਸਮਾਜ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਹੈ। ਅਸੀਂ ਕਿਸੇ ਦੀ ਸੁਣੀ ਗੱਲ ਦੇ ਮੁਤਾਬਕ ਹੀ ਆਪਣੇ ਅੰਦਰ ਇਮੇਜ ਤਿਆਰ ਕਰ ਲੈਂਦੇ ਹਾਂ ਵੀ ਸੱਚਮੁੱਚ ਹੀ ਉਹ ਮਾੜਾ ਹੋਏਗਾ, ਜੇ ਚਾਰ ਬੰਦੇ ਕਹਿ ਗਏ ਨੇ ਤਾਂ ਮਾੜਾ ਹੀ ਹੋਏਗਾ। ਅਸੀਂ ਕਦੇ ਸ਼ੱਕ ਨਹੀਂ ਕਰਾਂਗੇ ਵੀ ਜਿੰਨਾ ਚਿਰ ਅਸੀਂ ਵਰਤ ਕੇ ਨਹੀਂ ਵੇਂਦੇ, ਨੇੜੇ ਹੋ ਕੇ ਨਹੀਂ ਵੇਂਦੇ, ਸਾਡੇ ਕੋਲ ਕੋਈ ਪ੍ਰਮਾਣ ਨਹੀਂ, ਅਸੀਂ ਕਿਉਂ ਫੈਸਲਾ ਕਰੀਏ? ਇਹਦਾ ਫੈਸਲਾ ਹੋ ਸਕਦਾ ਕਿਸੇ ਨੂੰ ਮਾਂ ਬਾਦੀ ਨੇ, ਕਿਸੇ ਨੂੰ ਸਵਾਦੀ ਨੇ, ਪਰ ਨਹੀਂ, ਮਨੁੱਖ ਦਾ ਸੁਭਾਅ ਹੈ। ਹੁਣ ਜ਼ਰਾ ਤੁਸੀਂ ਸੋਚੋ ਵੀ ਉਸ ਬੰਦੇ ਦੀ ਜਿਹੜੀ ਇਮੇਜ ਸਾਡੇ ਅੰਦਰ ਕ੍ਰੀਏਟ ਹੋ ਗਈ ਵੀ ਬੰਦਾ ਸਹੀ ਨਹੀਂ, ਜਦੋਂ ਕਿਤੇ ਉਹਨੂੰ ਮਿਲਣ ਦਾ ਮੌਕਾ ਬਣਦਾ, ਉਹਦੇ ਕੋਲ ਬੈਠੀਦਾ, ਕਈ ਵਾਰ ਬੰਦਾ ਖੁਦ ਸ਼ਰਮਿੰਦਾ ਹੁੰਦਾ ਵੀ ਮੈਂ ਇੰਨਾ ਚਿਰ ਐਵੇਂ ਇਹਦੇ ਬਾਰੇ ਭਾਰ ਚੁੱਕ ਕੇ ਬੈਠਾ ਰਿਹਾ, ਇੰਨਾ ਮਾੜਾ ਇਹਦੇ ਬਾਰੇ ਸੋਚਦਾ ਰਿਹਾ। ਉਹ ਜਿਹੜੀ ਅੰਦਰ ਕੁੜੱਤਣ ਪੈਦਾ ਹੁੰਦੀ ਰਹੀ, ਹੁੰਦੀ ਰਹੀ, ਹੁੰਦੀ ਰਹੀ, ਜ਼ਰਾ ਸੋਚੋ ਉਹਨੇ ਨੁਕਸਾਨ ਕਿਹਦਾ ਕੀਤਾ, ਉਹਨੇ ਖੁਆਰ ਕਿਹਨੂੰ ਕੀਤਾ? ਖੁਦ ਜਿਹਦੇ ਅੰਦਰ ਉਹ ਪੈਦਾ ਹੋ ਰਹੀ ਸੀ, ਜਿਹਦੇ ਅੰਦਰ ਉਹ ਚੀਜ਼ ਉਪਜ ਰਹੀ ਸੀ। ਪਲ ਪਲ, ਹਰ ਪਲ ਅਸੀਂ ਆਪਣੇ ਅੰਦਰ ਨੂੰ ਐਸੀ ਹੀ ਖੁਰਾਕ ਦਿੰਦੇ ਹਾਂ। ਜੇ ਚੰਗੀ ਖੁਰਾਕ ਦਿੰਦੇ ਜਾਈਏ ਤਾਂ ਬਿਰਤੀ ਚੰਗੀ ਪਲਦੀ ਹੈ, ਜੇ ਜ਼ਹਿਰ ਦੀ ਖੁਰਾਕ ਦਿੰਦੇ ਜਾਈਏ ਤਾਂ ਅੰਦਰ ਜ਼ਹਿਰ ਦਾ ਮਾਦਾ ਇਕੱਠਾ ਹੋ ਹੋ ਕੇ ਸਾਡੀ ਭਟਕਣਾ ਦਾ ਕਾਰਨ ਬਣਦਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇਵ ਮਹਾਰਾਜ ਕਹਿੰਦੇ ਕੋਈ ਜੀਵਨ ਵਿੱਚ ਅੰਮ੍ਰਿਤ ਵਿਆਜਦਾ ਹੈ ਅਤੇ ਕੋਈ ਜ਼ਹਿਰ ਵਿਆਜਦਾ ਹੈ। ਜਿਹੜੇ ਜੀਵ ਅੰਮ੍ਰਿਤ ਵਿਆਜਦੇ ਨੇ ਉਹ ਵੰਡਦੇ ਵੀ ਅੰਮ੍ਰਿਤ ਹੀ ਨੇ, ਅਤੇ ਜਿਹੜੇ ਜ਼ਹਿਰ ਇਕੱਠਾ ਕਰਦੇ ਨੇ ਸੰਸਾਰ 'ਚੋਂ ਉਹਨਾਂ ਨੂੰ ਜੇ ਵੰਡਣਾ ਪਵੇ ਤਾਂ ਵੰਡਣਗੇ ਕੀ? ਜ਼ਹਿਰ ਹੀ ਵੰਡਣਗੇ। ਤੋ ਜਿਹੜੀ ਨਿਮਰਤਾ ਹੈ ਇਹ ਆਰਟੀਫਿਸ਼ਲ ਚੀਜ਼ ਨਹੀਂ ਵੀ ਕਿਸੇ ਕੋਲ ਉਧਾਰੀ ਲੈ ਲਈ ਜਾਏ, ਜ਼ਬਰਦਸਤੀ ਕਮਾ ਲਈ ਜਾਏ, ਇਹ ਤਾਂ ਇਹਦੀ ਤਾਂ ਪ੍ਰੈਕਟਿਸ ਹੈ। ਜਿੰਨੀ ਕੁ ਕਰਦਾ ਰਹੇਗਾ ਉਸ ਤਰ੍ਹਾਂ ਦਾ ਬਣਦਾ ਜਾਏਗਾ। ਜਿਹੜਾ ਸਬਰ ਹੈ ਇਹ ਕੋਈ ਆਰਟੀਫਿਸ਼ਲ ਚੀਜ਼ ਨਹੀਂ ਜਿਹੜਾ ਸਾਨੂੰ ਕੋਈ ਪੈਕ ਕਰਕੇ ਦੇ ਦੇਵੇ।
ਇਹ ਤਾਂ ਜਿੰਨਾ ਤੁਸੀਂ ਕਮਾਉਂਦੇ ਜਾਓਗੇ, ਪ੍ਰੈਕਟਿਸ ਕਰਦੇ ਜਾਓਗੇ, ਉਸ ਤਰ੍ਹਾਂ ਦੀ ਮਨੋਬਿਰਤੀ ਤੁਹਾਡੀ ਤਿਆਰ ਹੁੰਦੀ ਜਾਏਗੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਬਚਨ ਲਿਖਿਆ, ਕਹਿੰਦੇ ਕਲਗੀਧਰ ਸਵਾਮੀ ਤਲਵੰਡੀ ਸਾਬੋ ਪਹੁੰਚੇ। ਚੌਧਰੀ ਡੱਲੇ ਨੇ ਬੜੀ ਗੈਰਤ ਵਿਖਾਈ ਸੀ, ਉਸ ਨੇ ਵਜ਼ੀਰ ਖਾਨ ਦੇ ਸੁਨੇਹੇ ਦਾ ਉੱਤਰ ਬੜੀ ਗੈਰਤ ਨਾਲ ਦਿੱਤਾ ਸੀ, ਕਿਉਂਕਿ ਉਹਦੇ ਤੱਕ ਇਹ ਸੁਨੇਹਾ ਪਹੁੰਚਿਆ ਸੀ ਵੀ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਕੋਲ ਆਏ ਨੇ ਅਤੇ ਤੇਰਾ ਫਰਜ਼ ਬਣਦਾ, ਕਿਉਂਕਿ ਤੂੰ ਚੌਧਰ ਮਾਣ ਰਿਹਾ ਸਰਕਾਰ ਦੀ ਦਿੱਤੀ ਹੋਈ, ਤੇਰਾ ਫਰਜ਼ ਬਣਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੂੰ ਹਕੂਮਤ ਦੇ ਹਵਾਲੇ ਕਰੇ, ਸਰਹੰਦ ਦੀਆਂ ਫੌਜਾਂ ਦੇ ਹਵਾਲੇ ਕਰੇ। ਸਤਿਗੁਰੂ ਨੇ ਚੌਦਵੀਂ ਅਤੇ ਆਖਰੀ ਜੰਗ ਲੜ ਕੇ ਤਲਵੰਡੀ ਸਾਬੋ ਵਿੱਚ ਮੁਕੱਦਸ ਕਦਮ ਪਾਏ ਸਨ। ਚੌਧਰੀ ਡੱਲੇ ਨੇ ਬੜੀ ਗੈਰਤ ਨਾਲ ਮੋੜਵਾਂ ਉੱਤਰ ਦਿੱਤਾ ਸੀ, ਬਾਗੀ ਤੁਹਾਡੇ ਲਈ ਹੋਣਗੇ, ਮੇਰੇ ਵਾਸਤੇ ਇਹ ਬੜੀ ਅਦਬੀ ਸ਼ਖਸੀਅਤ ਨੇ ਮੇਰੇ ਗੁਰੂ ਮਹਾਰਾਜ ਨੇ। ਇਹਨਾਂ ਵੱਲ ਉੱਠਦੀ ਹੋਈ ਅੱਖ ਮੈਂ ਕੱਢ ਕੇ ਰੱਖ ਦਿਆਂਗਾ, ਇਹਨਾਂ ਵੱਲ ਉੱਠਦਾ ਹੋਇਆ ਹੱਥ ਮੈਂ ਵੱਢ ਕੇ ਰੱਖ ਦਿਆਂਗਾ। ਕਲਗੀਧਰ ਸਾਹਿਬ ਮਹਾਰਾਜ ਤੱਕ ਪਹੁੰਚਣ ਲਈ ਤੁਹਾਨੂੰ ਡੱਲੇ ਦਾ ਸਾਹਮਣਾ ਕਰਨਾ ਪਏਗਾ। ਵਜ਼ੀਰ ਖਾਨ ਦੀਆਂ ਫੌਜਾਂ ਇੱਥੇ ਤਾਂ ਨਹੀਂ ਸਨ ਆ ਸਕਦੀਆਂ ਕਿ ਇਹ ਇਲਾਕਾ ਉਹਨਾਂ ਦੇ ਮਾਤਹਿਤ ਉਹਨਾਂ ਦੇ ਅਧੀਨ ਨਹੀਂ ਸੀ ਪੈਂਦਾ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਕਲਗੀਧਰ ਮਹਾਰਾਜ ਜੀਵਨ ਦੀਆਂ ਗੁੰਝਲਾਂ ਦਾ ਹੱਲ ਕੱਢਣ ਵਾਲੇ ਨੇ। ਕੁਝ ਗੁੰਝਲਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਦੀ ਤਲਵਾਰ ਨਾਲ ਹੱਲ ਹੋ ਸਕਦੀਆਂ ਸਨ, ਉਹ ਉੱਥੇ ਉਸ ਤਰ੍ਹਾਂ ਕੀਤੀਆਂ ਗਈਆਂ। ਕੁਝ ਗੁੰਝਲਾਂ ਸਨ ਜਿਹੜੀਆਂ ਹਜ਼ੂਰ ਨੇ ਸਤਸੰਗ ਵਿੱਚ ਦੂਰ ਕਰਨੀਆਂ ਹੁੰਦੀਆਂ ਨੇ, ਉੱਥੇ ਹੋ ਗਈਆਂ। ਜਦੋਂ ਗਰਮੀ ਦਾ ਮੌਸਮ ਹੁੰਦਾ, ਸਾਡੀ ਪੁਸ਼ਾਕ ਬਦਲ ਜਾਂਦੀ ਹੈ, ਖੁਰਾਕ ਬਦਲ ਜਾਂਦੀ ਹੈ। ਜਦੋਂ ਸਰਦੀ ਦਾ ਮੌਸਮ ਹੁੰਦਾ ਤਾਂ ਵੀ ਪੁਸ਼ਾਕ ਅਤੇ ਖੁਰਾਕ ਬਦਲ ਜਾਂਦੀ ਹੈ। ਜੀਵਨ ਵਿੱਚ ਵੀ ਕਈ ਤਰ੍ਹਾਂ ਦੇ ਇਨਵਾਇਰਮੈਂਟ ਆਉਂਦੇ ਨੇ। ਕਿਤੇ ਤੁਹਾਨੂੰ ਤੁਹਾਡੇ ਅੰਦਰ ਗੈਰਤ ਜਦੋਂ ਵੱਟ ਲੈਂਦੀ ਹੈ, ਤੁਹਾਡੇ ਬੋਲਾਂ ਦੇ ਰਾਹੀਂ ਉਹ ਗੈਰਤ ਝਲਕੇ ਨਾ, ਅਤੇ ਤੁਹਾਨੂੰ ਜ਼ਿੰਦਗੀ ਭਰ ਦੀ ਕਮਜ਼ੋਰੀ ਸਹਿਣ ਕਰਨੀ ਪੈਂਦੀ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆ ਕੇ ਚੌਧਰੀ ਡੱਲੇ ਨੇ ਆਖਿਆ, ਸਤਿਗੁਰੂ ਜੀ ਮਿਹਰ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੌਧਰੀ ਡੱਲੇ ਨੂੰ ਇੱਕ ਸਵਾਲ ਕਰਦੇ ਨੇ, ਕਹਿਣ ਲੱਗੇ, ਚੌਧਰੀ ਜੀ ਜੇ ਤੁਹਾਨੂੰ ਮਾਇਆ ਦੇ ਕੇ ਬਾਜ਼ਾਰ ਕਿਸੇ ਦੁਕਾਨ 'ਤੇ ਭੇਜਿਆ ਜਾਏ ਅਤੇ ਤੁਹਾਨੂੰ ਕਿਹਾ ਜਾਏ ਵੀ ਉੱਥੋਂ ਸਬਰ ਲਿਆਓ, ਇੰਨੇ ਪੈਸਿਆਂ ਦਾ ਸੰਤੋਖ ਲਿਆਓ, ਇੰਨੇ ਪੈਸਿਆਂ ਦਾ ਪਾਰੋਪਕਾਰ ਲਿਆਓ, ਇੰਨੇ ਪੈਸਿਆਂ ਦੀ ਮਿਠਾਸ ਲਿਆਓ, ਤੁਸੀਂ ਲਿਆ ਕੇ ਦੇ ਸਕਦੇ ਹੋ? ਚੌਧਰੀ ਨੇ ਆਖਿਆ, ਜੀ ਨਹੀਂ ਮਹਾਰਾਜ, ਇਹ ਚੀਜ਼ਾਂ ਵਿਕਦੀਆਂ ਥੋੜ੍ਹੀ ਨੇ। ਸਤਿਗੁਰੂ ਨੇ ਆਖਿਆ, ਫਿਰ ਇਹ ਕਿੱਥੋਂ ਮਿਲਣਗੀਆਂ? ਕਹਿਣ ਲੱਗਿਆ, ਮਹਾਰਾਜ ਇਹ ਤਾਂ ਜੀਵਨ 'ਚ ਮਨੁੱਖ ਨੂੰ ਖੁਦ ਕਮਾਉਣੀਆਂ ਪੈਂਦੀਆਂ ਨੇ। ਗੁਰੂ ਇਹਦੀ ਸੋਝੀ ਦਿੰਦਾ ਅਤੇ ਮਨੁੱਖ ਨੂੰ ਕਮਾਉਣੀਆਂ ਪੈਂਦੀਆਂ ਨੇ। ਹਜ਼ੂਰ ਮੁਸਕਰਾ ਪਏ। ਸਤਿਗੁਰੂ ਕਹਿਣ ਲੱਗੇ, ਅਸੀਂ ਤੁਹਾਡੇ 'ਤੇ ਖੁਸ਼ ਹਾਂ, ਤੁਸੀਂ ਦੌਲਤ ਨਾਲ, ਸ਼ੌਹਰਤ ਨਾਲ, ਤਾਕਤ ਨਾਲ ਸਾਡੀ ਸੇਵਾ ਕੀਤੀ ਹੈ, ਪਰ ਜਿਹੜੀ ਗੱਲ ਹੈ ਨਾ ਵੀ ਜਿਨ੍ਹਾਂ ਸਿੱਖਾਂ ਵੱਲ ਵੇਖ ਕੇ ਤੁਸੀਂ ਸਿੱਖੀ ਮੰਗੀ ਹੈ, ਜਿਨ੍ਹਾਂ ਸਿੱਖਾਂ ਨੂੰ ਤੱਕ ਕੇ ਤੁਹਾਡੇ ਅੰਦਰ ਚਾਓ ਪੈਦਾ ਹੋਇਆ ਵੀ ਇਹੋ ਜਿਹਾ ਸਿੱਖ ਮੈਂ ਵੀ ਹੋਵਾਂ, ਉਹ ਬਿਨਾਂ ਕਮਾਈ ਤੋਂ ਨਹੀਂ ਹੋ ਸਕਦਾ। ਤੁਹਾਡੀ ਦੌਲਤ ਪ੍ਰਵਾਨ ਹੈ, ਤੁਹਾਡੀ ਤਾਕਤ ਪ੍ਰਵਾਨ ਹੈ, ਤੁਹਾਡੀ ਸ਼ੌਹਰਤ ਸਭ ਕੁਝ ਪ੍ਰਵਾਨ ਹੈ, ਅਸੀਂ ਤੁਹਾਨੂੰ ਮੁਹੱਬਤ ਕਰਦੇ ਹਾਂ, ਤੁਸੀਂ ਸਾਡੇ ਅਜ਼ੀਜ਼ ਹੋ, ਪਰ ਜੇ ਤੁਸੀਂ ਸੱਚਮੁੱਚ ਜਿਨ੍ਹਾਂ ਸਿੱਖਾਂ ਵੱਲ ਵੇਖ ਕੇ ਸਿੱਖੀ ਮੰਗੀ ਹੈ ਨਾ, ਫਿਰ ਤਾਂ ਉਹਨਾਂ ਨੇ ਕਮਾਈ ਹੈ ਅਤੇ ਉਹਨਾਂ ਵਾਂਗ ਕਮਾਉਣੀ ਹੀ ਪਏਗੀ। ਇਹ ਚੀਜ਼ ਹਥਿਆਈ ਨਹੀਂ ਜਾ ਸਕਦੀ, ਉਧਾਰ ਦਿੱਤੀ ਨਹੀਂ ਜਾ ਸਕਦੀ, ਲੁੱਟੀ ਨਹੀਂ ਜਾ ਸਕਦੀ। ਬਾਬਾ ਕਬੀਰ ਸਾਹਿਬ ਜੀ ਨੇ ਸਨਾਯਾਬ ਦੌਲਤ ਵਾਸਤੇ ਹੀ ਆਖਿਆ, ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋੜ। ਤੋ ਜਿਹੜਾ ਵੀ ਆਪਣੇ ਜੀਵਨ ਵਿੱਚ ਗੁਰੂ ਦੇ ਇਹ ਮੁਬਾਰਕ ਉਪਦੇਸ਼ ਦੀ ਪ੍ਰੈਕਟਿਸ ਕਰ ਲੈਂਦਾ, ਅਭਿਆਸ ਕਰ ਲੈਂਦਾ, ਕਮਾ ਲੈਂਦਾ,
ਉਹਦੇ ਅੰਦਰ ਆਪਣੇ ਆਪ ਇਹ ਚੀਜ਼ਾਂ ਦਾ ਖਜ਼ਾਨਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਤੋ ਜਿਹੜਾ ਸਾਹਿਬ ਨੇ ਬਚਨ ਕਿਹਾ ਬਾਣੀ ਦੇ ਅੰਦਰ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਵੀ ਕਿਵੇਂ ਇਕੱਠਾ ਹੋ ਸਕਦਾ ਇਹ ਖਜ਼ਾਨਾ? ਜਦੋਂ ਸੁਰਤੀ ਨੂੰ, ਬਿਰਤੀ ਨੂੰ, ਸ਼ਬਦ ਗੁਰੂ ਦੇ ਉਪਦੇਸ਼ ਮੁਤਾਬਕ ਅਸੀਂ ਘੜਦੇ ਰਹੀਏ ਹਰ ਪਲ ਹਰ ਘੜੀ, ਜਿਵੇਂ ਸਰੀਰ ਦਾ ਧਿਆਨ ਰੱਖਿਆ ਜਾਂਦਾ, ਬਿਰਤੀ ਦਾ ਵੀ ਧਿਆਨ ਰੱਖਿਆ ਜਾਏ। ਕੋਈ ਐਸਾ ਨੈਗੇਟਿਵ ਖਿਆਲ ਆਉਂਦਾ, ਕੋਈ ਐਸਾ ਭੈੜਾ ਆਲੇ ਦੁਆਲੇ ਵਰਤਾਰਾ ਵਰਤਦਾ, ਜਿੰਨਾ ਬੰਦਾ ਫਿਜੀਕਲੀ ਅਵੇਅਰ ਹੁੰਦਾ, ਜੇ ਇੰਨਾ ਬਿਰਤੀ ਕਰਕੇ ਵੀ ਅਵੇਅਰ ਹੁੰਦਾ ਜਾਏ ਵੀ ਨਹੀਂ, ਇਹ ਮੇਰੀ ਖੁਰਾਕ ਨਹੀਂ, ਇਹ ਮੇਰੀ ਵਸਤ ਨਹੀਂ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂਗਾ। 18ਵੀਂ ਸਦੀ ਦਾ ਇਤਿਹਾਸ ਲਿਖਦਿਆਂ ਸਾਡੇ ਇੱਕ ਹਿਸਟੋਰੀਅਨ ਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿਣ ਲੱਗੇ, ਉਹ ਦੌਰ ਸੀ ਜਦੋਂ ਸਿੱਖ ਵੱਢਿਆ ਗਿਆ, ਟੁੱਕਿਆ ਗਿਆ, ਕਤਲ ਹੋਇਆ, ਸ਼ਹੀਦ ਹੋਇਆ, ਉੱਜੜਿਆ, ਬੇਘਰਾ ਹੋਇਆ, ਉਹਨੇ ਹਰ ਇੱਕ ਦੁੱਖ ਸਹਿਣ ਕੀਤਾ। ਪਰ ਉਹਦੇ ਬਚਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਉਹਨਾਂ ਨੇ ਗੁਰੂ ਦੇ ਦਿੱਤੇ ਅਸੂਲ ਦਾ ਪੱਲਾ ਨਹੀਂ ਸੀ ਤਿਆਗਿਆ। ਉਹ ਅਸੂਲਾਂ ਦਾ ਦਾਇਰਾ ਬਹੁਤ ਵੱਡਾ ਸੀ। ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਇੱਕ ਸਿੱਖ ਦੂਜੇ ਸਿੱਖ ਕੋਲ ਚੱਲਿਆ ਗਿਆ, ਉਹਨੇ ਉਹਨੂੰ ਜਾ ਕੇ ਕਿਹਾ ਵੀ ਫਲਾਨਾ ਤੇਰੇ ਲਈ ਆਹ ਗੱਲ ਕਹਿੰਦਾ, ਉਹਨੇ ਉਹਨੂੰ ਬਾਹੋਂ ਫੜ ਲਿਆ ਅਤੇ ਉਸੇ ਕੋਲ ਹੀ ਲੈ ਆ ਜਿਹਦਾ ਉਹ ਨਾਂ ਲੈ ਰਿਹਾ ਸੀ। ਉਹ ਹੁਣ ਝਿਜਕੇ ਉਹਦੇ ਕੋਲ ਹੀ ਲੈ ਆ, ਕਹਿਣ ਲੱਗਿਆ ਵੀ ਤੁਸੀਂ ਆਪੇ ਹੀ ਨਿਬੇੜ ਲਓ, ਤੂੰ ਕਹੀ ਹੈ ਅਤੇ ਇਹਨੇ ਸੁਣੀ ਹੈ, ਫੈਸਲਾ ਤੁਸੀਂ ਕਰ ਲੈਣਾ ਦੋਵਾਂ ਨੇ ਵੀ ਸਹੀ ਹੈ ਕਿ ਗਲਤ ਹੈ, ਮੈਨੂੰ ਵਿੱਚ ਨਾ ਲਿਆਓ। ਉਹ ਜਿਹੜਾ ਬੰਦਾ ਗੱਲ ਦੱਸਣ ਆਇਆ ਉਹਨੇ ਕਿਹਾ ਵੀ ਹੱਦ ਹੋ ਗਈ, ਨਾਲੇ ਮੈਂ ਤੇਰਾ ਭਲਾ ਕੀਤਾ ਤੈਨੂੰ ਦੱਸਣ ਆਇਆ, ਨਾਲੇ ਉਲਟਾ ਤੂੰ ਮੈਨੂੰ ਇਹਦੇ ਸਾਹਮਣੇ ਲਿਜਾ ਖੜਾ ਕੀਤਾ ਵੀ ਆਪਸ 'ਚ ਨਿਬੇੜ ਲਓ, ਮੇਰਾ ਕੋਈ ਮਸਲਾ ਨਹੀਂ। ਉਹ ਜਿਹੜਾ ਤੀਜਾ ਪਰਸਨ ਹੈ ਜਿਹਦੇ ਬਾਰੇ ਗੱਲ ਹੋ ਰਹੀ ਸੀ, ਉਹ ਕਹਿਣ ਲੱਗਿਆ ਵੀ ਤੂੰ ਮੇਰਾ ਮਿੱਤਰ ਨਹੀਂ, ਤੂੰ ਤਾਂ ਦੁਸ਼ਮਣੀ ਕਮਾਈ। ਤੇਰੀ ਤਾਂ ਉਹ ਹਾਲਤ ਹੈ ਵੀ ਇੱਕ ਬੰਦੇ ਨੇ ਤੀਰ ਚਲਾਇਆ ਅਤੇ ਉਹ ਥੱਲੇ ਡਿੱਗ ਪਿਆ, ਉਹ ਤੋਂ ਵੱਜਿਆ ਨਹੀਂ, ਅਤੇ ਤੂੰ ਉਹਨੂੰ ਚੁੱਕਿਆ ਅਤੇ ਲਿਆ ਕੇ ਮੇਰੇ ਸੀਨੇ 'ਚ ਖੋਭ ਦਿੱਤਾ। ਜਿਹੜਾ ਤੀਰ ਉਹ ਮਾਰਨ ਦੀ ਹਿੰਮਤ ਨਹੀਂ ਕਰ ਸਕਿਆ, ਉਹ ਤੂੰ ਜ਼ਮੀਨ ਤੋਂ ਚੁੱਕਿਆ ਅਤੇ ਮੇਰੇ ਸੀਨੇ 'ਚ ਖੋਭ ਕੇ ਮੈਨੂੰ ਜ਼ਖਮ ਦੇਣ ਦਾ ਯਤਨ ਕੀਤਾ। ਜੇ ਤੂੰ ਉਹਦੀ ਗੱਲ ਸੁਣਦਾ ਨਾ ਤਾਂ ਉਹ ਕਿਸੇ ਦੂਜੇ ਨੂੰ ਅੱਗੇ ਜਾ ਕੇ ਸੁਣਾਉਣ ਜੋਗਾ ਨਹੀਂ ਸੀ, ਤੂੰ ਉਹਦਾ ਸ਼ਰੋਤਾ ਬਣਿਆ, ਉਹਨੂੰ ਵਕਤਾ ਬਣਨ ਦਾ ਮੌਕਾ ਦਿੱਤਾ, ਹੁਣ ਉਹ ਜਿੰਨੇ ਬੰਦੇ ਮਿਲਣਗੇ ਉਹਨਾਂ ਨੂੰ ਸੁਣਾਏਗਾ। ਤੂੰ ਉਹਨੂੰ ਆਦਤ ਪਾ ਦਿੱਤੀ ਹੈ ਵੀ ਉਹ ਬੁਰੀ ਗੱਲ ਕਹਿ ਸਕੇ, ਤੂੰ ਉਹਦੇ ਸੁਭਾਅ ਨੂੰ ਵਧਾਉਣ ਵਿੱਚ ਉਹਦੀ ਸਹਾਇਤਾ ਕਰ ਦਿੱਤੀ ਹੈ, ਤੂੰ ਉਹਦਾ ਜ਼ਹਿਰ ਆਪਣੇ ਪਿਆਲੇ 'ਚ ਭਰਿਆ ਅਤੇ ਉਹਨੂੰ ਬੁੱਕ ਬੁੱਕ ਅੱਗੇ ਜਾ ਕੇ ਵੰਡਣ ਦਾ ਯਤਨ ਕਰਨ ਲੱਗ ਪਿਆ। ਜ਼ਰਾ ਸੋਚ ਕੇ ਵੇਖੋ, ਬਿਰਤੀ ਨੂੰ, ਸੁਰਤੀ ਨੂੰ ਜ਼ਹਿਰ ਤੋਂ ਬਚਾਉਣ ਵਾਸਤੇ ਕੋਈ ਇੰਨਾ ਵੀ ਸੁਚੇਤ ਹੋ ਸਕਦਾ ਹੈ? ਭਲੇ ਹੀ ਉਹਨਾਂ ਦੇ ਤਨ ਦੇ ਉੱਤੇ ਚੰਗੇ ਕੱਪੜੇ ਨਹੀਂ, ਉਹ ਮੁਸੀਬਤਾਂ ਦੇ ਫਾਥੇ ਹੋਏ ਨੇ। ਜੇ ਕੌਮੀ ਕਰੈਕਟਰ ਐਸਾ ਬਣ ਜਾਏ, ਜੇ ਕੌਮੀ ਸੁਭਾਅ ਐਸਾ ਬਣ ਜਾਏ, ਤਾਂ ਜ਼ਰਾ ਸੋਚ ਕੇ ਵੇਖੋ ਸਾਡੇ ਵਿੱਚ ਉਹ ਕਮੀਆਂ ਆ ਸਕਦੀਆਂ ਨੇ ਜਿਨ੍ਹਾਂ ਕਮੀਆਂ ਨਾਲ ਅੱਜ 2-4 ਹੋ ਕੇ ਸਾਡੀ ਤਾਕਤ ਜ਼ਾਇਆ ਹੁੰਦੀ ਹੈ, ਅਸੀਂ ਬਰਬਾਦ ਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਨੇ ਇਹੀ ਸਾਨੂੰ ਅਸੂਲ, ਇਹੀ ਵੈਲਿਊਜ਼ ਦਿੱਤੀਆਂ ਸਨ ਵੀ ਇਹਨਾਂ ਦਾ ਪਾਬੰਦ ਰਹੇਗਾ ਅਤੇ ਜੀਵਨ ਭਰ ਤੂੰ ਵੀ ਸੁਖੀ ਰਹੇਗਾ ਅਤੇ ਖੁਸ਼ੀਆਂ ਹੀ ਅੱਗੇ ਵੰਡਣ ਦਾ ਮਾਲਕ ਬਣੇਗਾ। ਸਾਹਿਬ ਕਿਰਪਾ ਕਰਨ, ਅਸੀਂ ਆਪਣੀ ਬਿਰਤੀ ਨੂੰ, ਆਪਣੀ ਸੁਰਤੀ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਮੁਤਾਬਕ ਸਦਾ ਹੀ ਘੜਨ ਦਾ ਯਤਨ ਕਰਦੇ ਰਹੀਏ, ਤਾਂ ਕਿ ਅਸੀਂ ਸ਼ਬਦ ਦੇ ਸੱਚੇ ਪੈਰੋਕਾਰ ਬਣ ਕੇ, ਸ਼ਬਦ ਨੂੰ ਗੁਰੂ ਕਹਿਣਾ, ਸ਼ਬਦ ਨੂੰ ਗੁਰੂ ਮੰਨਣਾ ਇਹੀ ਅਰਥ ਦਿੰਦਾ। ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਾਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।